ਜਸ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ ਟੂ ਦਾ ਪੁਆਇੰਟ ਵਿੱਚ ਅੱਜ ਗੱਲ ਹੋਵੇਗੀ ਗੁਆਂਢੀ ਮੁਲਕ ਪਾਕਿਸਤਾਨ ਦੀ ਗੱਲ ਇਸ ਕਰਕੇ ਹੋਵੇਗੀ ਕਿਉਂਕਿ ਸਰਜੀਕਲ ਸਟ੍ਰਾਈਕ ਦੇ 2 ਸਾਲ ਪੂਰੇ ਹੋਏ ਆ ਅਤੇ ਭਾਰਤ ਸਰਕਾਰ ਹੈ ਉਹ ਸਮਾਗਮ ਰਚਾ ਰਹੀ ਹੈ ਕੀ ਹੈ ਪਰਾਕਰਮ ਪਰਵ ਜਿਹਨੂੰ ਕਿਹਾ ਜਾ ਰਿਹਾ ਉਹ ਸਮਾਗਮ ਹੋਣ ਕੇ ਪੰਜਾਬ ਤੋਂ ਵੱਧ ਥਾਵਾਂ 'ਤੇ ਹੋ ਰਿਹਾ 51 ਥਾਵਾਂ 'ਤੇ ਪਰਾਕਰਮ ਪਰਵ ਹੋ ਰਿਹਾ ਇਸ ਸਭ ਦੇ ਵਿਚਾਲੇ ਸਾਰਕ ਦੇ ਵਿੱਚ ਵਿਦੇਸ਼ ਮੰਤਰੀਆਂ ਦੀ ਬੈਠਕ ਸੀ ਅਤੇ ਉਸ ਬੈਠਕ ਦੇ ਵਿਚਾਲੇ ਭਾਰਤ ਪਾਕਿਸਤਾਨ ਦੀ ਵਾਰਤਾ ਪਹਿਲਾਂ ਹੀ ਰੱਦ ਹੋ ਚੁੱਕੀ ਹੈ ਇਸ ਸਭ ਦੇ ਵਿਚਾਲੇ ਸੁਸ਼ਮਾ ਸਵਰਾਜ ਨੇ ਮਹਿਮੂਦ ਕੁਰੈਸ਼ੀ ਦਾ ਭਾਸ਼ਣ ਸੁਣਿਆ ਨਹੀਂ ਅਤੇ ਇਸ ਕਰਕੇ ਕੁਰੈਸ਼ੀ ਸਾਹਿਬ ਵੀ ਨਿਰਾਸ਼ ਹੋ ਗਏ ਇਸ ਸਭ ਦਾ ਕਨੈਕਸ਼ਨ ਹੈ ਕੀ ਹੈ ਅਸੀਂ ਇੱਕ ਸਵਾਲ ਪੁੱਛਾਂਗੇ ਸਾਰਕ ਵਿੱਚ ਕੁੜੱਤਣ ਦਾ ਹਾਸਲ ਕੀ ਸਾਰਕ ਸਟ੍ਰਾਈਕ ਅਤੇ ਸਿਆਸਤ ਅੱਜ ਬਹਿਸ ਇਸੇ ਕਰਕੇ ਕਰ ਰਹੇ ਹਾਂ ਕਿਉਂਕਿ ਸਾਰਕ ਦੇ ਵਿੱਚ ਦੋਨੋਂ ਮੁਲਕਾਂ ਦੇ ਵਿਦੇਸ਼ ਮੰਤਰੀ ਆਪਸ 'ਚ ਮਿਲੇ ਨਹੀਂ ਅਤੇ ਜਿਹੜੇ ਬਿੰਦੂ ਹੋਣਗੇ ਜਿਹੜੇ ਅਸੀਂ ਸਾਂਝੇ ਕਰਨੇ ਤੁਹਾਡੇ ਨਾਲ ਉਹ ਤੁਹਾਨੂੰ ਦੱਸ ਦਈਏ ਟੂ ਦਾ ਪੁਆਇੰਟ ਵਿੱਚ ਬਿੰਦੂ ਇਹ ਹੋਣਗੇ ਨਿਊਯਾਰਕ ਵਿੱਚ ਸਾਰਕ ਦੀ ਬੈਠਕ ਹੋਈ ਭਾਰਤ ਪਾਕਿਸਤਾਨ 'ਚ ਦਿਖੀ ਕੁੜੱਤਣ ਦਹਿਸ਼ਤਗਰਦੀ ਦੇ ਮੁੱਦੇ 'ਤੇ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਨੂੰ ਘੇਰਿਆ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਭਾਸ਼ਣ ਦੇ ਕੇ ਨਿਕਲੇ ਬਾਹਰ ਕੁਰੈਸ਼ੀ ਨੂੰ ਨਹੀਂ ਸੁਣਿਆ ਇਸੇ ਕਰਕੇ ਕੁਰੈਸ਼ੀ ਨੇ ਨਾਰਾਜ਼ਗੀ ਜਤਾਈ ਹੈ ਅਣਦੇਖੀ 'ਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਨਾਰਾਜ਼ਗੀ ਜਤਾਈ ਹੈ ਭਾਰਤ ਮਨਾ ਰਿਹਾ ਸਰਜੀਕਲ ਸਟ੍ਰਾਈਕ ਦੇ 2 ਸਾਲ ਹੋਣ 'ਤੇ ਪਰਾਕਰਮ ਪਰਵ ਯਾਨੀ ਕਿ ਸ਼ਕਤੀ ਪਰਵ ਜੋਧਪੁਰ 'ਚ ਕੋਨਾਰਕ ਯੁੱਧ ਸਮਾਰਕ 'ਤੇ ਪੀਐਮ ਮੋਦੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ ਪਹਿਲਾਂ ਸੁਣ ਲਈਏ ਬਿਆਨਬਾਜ਼ੀ ਕੀ ਹੋਈ ਹੈ ਇਸ ਆਜ਼ਾਦ ਦੇਸ਼ ਮੇਂ ਹਮ ਸਭ ਆਜ਼ਾਦੀ ਸੇ ਆਪਣਾ ਕੰਮ ਕਰਤੇ ਹੈ ਲੇਕਿਨ ਉਸ ਆਜ਼ਾਦੀ ਕੋ ਬਰਕਰਾਰ ਰੱਖਣੇ ਕੇ ਲਈ ਉਸ ਆਜ਼ਾਦੀ ਕੋ ਸੁਰੱਖਿਅਤ ਰੱਖਣੇ ਕੇ ਲਈ ਬਹੁਤ ਸੇ ਐਸੇ ਲੋਕ ਹੈ ਜੋ ਦਿਨ ਰਾਤ ਆਪਣਾ ਸੈਕਰੀਫਾਈਸ ਕਰਤੇ ਹੈ ਜੀਵਨ ਕੀ ਤੱਕ ਵੀ ਕੁਰਬਾਨੀ ਉਨਕੋ ਦੇਣੀ ਪੜਤੀ ਹੈ ਐਸੀ ਐਸੀ ਰਿਸਕ ਲੈਣੀ ਪੜਤੀ ਹੈ ਹਮ ਕਾਰਪੋਰੇਟ ਜਗਤ ਮੇਂ ਆਪਣੇ ਜੀਵਨ ਮੇਂ ਜਬ ਕਹੀਂ ਸਟਾਕ ਮੇਂ ਕਹੀਂ ਇਨਵੈਸਟ ਕਰਤੇ ਹੈ ਤੋ ਹਮ ਕਹਤੇ ਹੈ ਕਿ ਕਿਆ ਯੇ ਰਿਸਕ ਹੋ ਸਕਤੀ ਹੈ ਇੱਕ ਚੁਣੌਤੀ ਹੋ ਸਕਤੀ ਹੈ ਬਟ ਐਸੇ ਵੀ ਲੋਕ ਹੈ ਹਮਾਰੇ ਦੇਸ਼ ਕੇ ਅੰਦਰ ਜੋ ਆਪਣੇ ਜੀਵਨ ਕਾ ਰਿਸਕ ਲੈਤੇ ਹੈ ਔਰ ਸਰਹੱਦ ਪਾਰ ਕਰਕੇ ਹਮਲਾ ਕਰਕੇ ਆਤੇ ਹੈ ਤਾਂ ਕਿ ਦੇਸ਼ ਸੁਰੱਖਿਅਤ ਰਹੇ ਆਜ ਹਮ ਐਸੇ ਸਭੀ ਲੋਕੋਂ ਕੋ ਯਾਦ ਕਰੇ ਜੋ ਸਿਆਚਿਨ ਮੇਂ ਖੜੇ ਹੋਤੇ ਹੈ ਬਰਫੀਲੇ ਪਹਾੜੋਂ ਪੇ ਸਮੁੰਦਰ ਮੇਂ ਸਮੁੰਦਰ ਕੇ ਨੀਚੇ ਸਭ ਜਗ੍ਹਾ ਤੈਨਾਤ ਰਹਿਤੇ ਹੈ ਤਾਂ ਕਿ ਭਾਰਤ ਸੁਰੱਖਿਅਤ ਰਹੇ ਉਨ ਸਭਕੋ ਆਜ ਹਮ ਸਲੂਟ ਕਰਤੇ ਹੈ ਔਰ ਯਾਦ ਕਰਤੇ ਹੈ ਔਰ ਉਨਕੀ ਤਰ੍ਹਾਂ ਬਣਨੇ ਕੀ ਆਪਣੇ ਆਪਣੇ ਜੀਵਨ ਮੇਂ ਜੋ ਵੀ ਕੰਮ ਕਰ ਰਹੇ ਹੈ ਉਨ੍ਹੀਂ ਕੀ ਤਰ੍ਹਾਂ ਦੇਸ਼ ਭਗਤੀ ਉਨ੍ਹੀਂ ਕੀ ਤਰ੍ਹਾਂ ਬਣਨੇ ਕੀ ਵੀ ਕੋਸ਼ਿਸ਼ ਕਰਤੇ ਮੇਰੀ ਬਾਤ ਨਹੀਂ ਹੋਈ ਔਰ ਜੈਸਚਰ ਤੋਂ ਪੋਜ਼ਿਟਿਵ ਮੈਂ ਇਹ ਕਹਿ ਸਕਤਾ ਹੂੰ ਕਿ ਵੋ ਬੀਚ ਦੌਰਾਨ ਉੱਠ ਗਈ ਮੀਟਿੰਗ ਕੇ ਹੋ ਸਕਤਾ ਹੈ ਤਬੀਅਤ ਨਾ ਅਸਾਜ਼ ਹੋ ਲੇਕਿਨ ਇਹ ਬੜਾ ਵਾਜ਼ੇ ਹੈ ਕਿ ਉਨਕੀ ਮੈਨੇ ਗੁਫ਼ਤਗੂ ਬੜੇ ਗੌਰ ਸੇ ਸੁਣੀ ਔਰ ਉਨ੍ਹਾਂ ਰੀਜਨਲ ਕੋਆਪਰੇਸ਼ਨ ਕੀ ਬਾਤ ਕੀ ਮੇਰਾ ਸਵਾਲ ਇਹ ਹੈ ਕਿ ਰੀਜਨਲ ਕੋਆਪਰੇਸ਼ਨ ਮੁਮਕਿਨ ਕੈਸੇ ਹੋਗੀ ਜਬ ਰੀਜਨ ਵਾਲੇ ਮਿਲ ਬੈਠਨੇ ਕੇ ਲੀਏ ਤਿਆਰ ਹੈ ਔਰ ਆਪ ਉਸ ਬੈਠਕ ਮੇਂ ਰੁਕਾਵਟ ਹੈ ਮੁਝੇ ਅੱਜ ਇਹ ਕਹਿਤੇ ਹੋਏ ਕੋਈ ਹਿਚਕਚਾਹਟ ਮਹਿਸੂਸ ਨਹੀਂ ਹੋ ਰਹੀ ਕਿ ਸਾਖ ਕੇ ਰਾਸਤੇ ਮੇਂ ਸਾਖ ਕੀ ਤਰੱਕੀ ਮੇਂ ਇਸ ਰੀਜਨ ਕੀ ਕਨੈਕਟਿਵਿਟੀ ਔਰ ਖੁਸ਼ਹਾਲੀ ਮੇਂ ਸਿਰਫ ਇੱਕ ਰੁਕਾਵਟ ਹੈ ਔਰ ਇੱਕ ਰਵੱਈਆ ਔਰ ਇੱਕ ਮੁਲਕ ਕਾ ਰਵੱਈਆ ਇਸ ਸਾਖ ਕੀ ਸਪਿਰਿਟ ਕੋ ਜੋ ਉਸਕੀ ਫਾਊਂਡਿੰਗ ਫਾਦਰਸ ਕੀ ਸਪਿਰਿਟ ਥੀ ਉਸਕੋ ਨਾਕਾਮ ਸਵਾਲ ਇੱਕ ਵੀ ਪੁੱਛਾਂਗੇ ਇਸ ਬਹਿਸ ਦੇ ਵਿੱਚ ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਸਾਰਕ ਵਿੱਚ ਭਾਰਤ ਪਾਕਿਸਤਾਨ ਵਿਚਾਲੇ ਕੁੜੱਤਣ ਵਾਲੀ ਸਿਆਸਤ ਦੇ ਕੀ ਨਿਯਮ ਨੇ ਇਸ ਸਵਾਲ 'ਤੇ ਅਸੀਂ ਬਹਿਸ ਕਰਾਂਗੇ ਖਾਸ ਪੈਨਲ ਸਾਡਾ ਮੌਜੂਦ ਹੈਗਾ ਤੁਹਾਡਾ ਤਾਰਫ ਕਰਾ ਰਿਹਾ ਵਿਕਰਮਜੀਤ ਸਿੰਘ ਸੀਨੀਅਰ ਪੱਤਰਕਾਰ ਨੇ ਵਿਕਰਮਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ ਹਰਜੀਤ ਸਿੰਘ ਭੁੱਲਰ ਭਾਰਤੀ ਜਨਤਾ ਪਾਰਟੀ ਨੇ ਪੁਲਿਸ ਦਾ ਤੁਹਾਡਾ ਬਹੁਤ ਸਵਾਗਤ ਹੈ ਬ੍ਰਿਗੇਡੀਅਰ ਪ੍ਰਦੀਪ ਸ਼ਰਮਾ ਡਿਫੈਂਸ ਐਕਸਪਰਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ ਬ੍ਰਿਗੇਡੀਅਰ ਪ੍ਰਦੀਪ ਸ਼ਰਮਾ ਤੁਹਾਡਾ ਬਹੁਤ ਸਵਾਗਤ ਹੈ ਅਤੇ ਕੇਵਲ ਤਿੰਗਰਾ ਕਾਂਗਰਸ ਦੇ ਨੁਮਾਇੰਦੇ ਉਹਨਾਂ ਨੇ ਹਜੇ ਪਹੁੰਚਣਾ ਜਦੋਂ ਪਹੁੰਚਣਗੇ ਉਹਨਾਂ ਦਾ ਸਵਾਗਤ ਵੀ ਕਰਾਂਗੇ ਸਭ ਤੋਂ ਪਹਿਲਾਂ ਸਵਾਲ ਹਰਜੀਤ ਸਿੰਘ ਭੁੱਲਰ ਤੁਹਾਨੂੰ ਕਰਨਾ ਚਾਹੂੰਗਾ ਭੁੱਲਰ ਸਾਹਿਬ ਪਰਾਕਰਮ ਪਰਵ ਅਸੀਂ ਮਨਾ ਰਹੇ ਹਾਂ 2 ਸਾਲ ਹੋਣ 'ਤੇ ਮਨਾ ਰਹੇ ਹਾਂ ਪਹਿਲੇ ਸਾਲ ਕੀ ਹੋ ਗਿਆ ਸੀਗਾ ਕਿ ਹੁਣ ਵੋਟਾਂ ਆ ਗਈਆਂ ਤਾਂ ਮਨਾ ਰਹੇ ਹਾਂ ਨਹੀਂ ਵੋਟਾਂ ਦੇ ਨਾਲ ਇਹਦਾ ਕੋਈ ਤਾਲੁਕ ਨਹੀਂ ਹੈ ਲੇਕਿਨ ਜਦੋਂ ਅਸੀਂ ਕੋਈ ਵੀ ਇਹੋ ਜਿਹਾ ਹੁੰਦਾ ਹੈ ਕੋਈ ਪਿਛਲੀ ਵਾਰ ਜਦੋਂ ਸਰਜੀਕਲ ਸਟ੍ਰਾਈਕ ਹੋਇਆ ਉਹਦੇ 'ਚ ਕੋਈ ਓਪੋਜੀਸ਼ਨ ਜਿਹੜੀਆਂ ਪਾਰਟੀ ਸੀ ਉਹਨਾਂ ਨੇ ਬੜਾ ਇਸ ਚੀਜ਼ ਦਾ ਓਬਜੈਕਸ਼ਨ ਵੀ ਕੀਤਾ ਔਰ ਬੜੇ ਸਵਾਲ ਵੀ ਕੀਤੇ ਔਰ ਕਈ ਐਸੇ ਸੀਗੇ ਜਿਨ੍ਹਾਂ ਨੇ ਉਹਦੀਆਂ ਵੀਡੀਓਜ਼ ਵੀ ਮੰਗੀਆਂ ਕਿ ਸਾਨੂੰ ਪ੍ਰੂਫ ਕਰੋ ਕਿ ਤੁਸੀਂ ਉਹ ਕੀਤਾ ਸੀਗਾ ਔਰ ਉਹਦੇ 'ਚ ਕਾਫੀ ਖਟਾਸ ਰਹੀ ਲੇਕਿਨ ਹੁਣ ਕਿਉਂਕਿ ਉਹ 2 ਸਾਲ ਨਿਕਲ ਗਏ ਔਰ 2 ਸਾਲ ਤੋਂ ਬਾਅਦ ਜੋ ਉਹਦੇ ਨਾਲ ਬੂਸਟ ਮਿਲਿਆ ਹੈਗਾ ਆਰਮੀ ਨੂੰ ਵੀ ਔਰ ਜੋ ਸਾਡੇ ਨੈਸ਼ਨਲ ਦੇ ਲੋਕ ਨੇ ਉਹਨਾਂ ਨੂੰ ਜੋ ਬੂਸਟ ਮਿਲਿਆ ਕਿਉਂਕਿ ਜਿਸ ਤਰ੍ਹਾਂ ਚੀਜ਼ਾਂ ਸਾਹਮਣੇ ਆਈਆਂ ਅਤੇ ਉਹਦਾ ਕਰਕੇ ਇਹਨੂੰ ਸਾਨੂੰ ਲੱਗਿਆ ਕਿ ਇਹਦੇ ਨਾਲ ਜਿਹੜਾ ਹੈਗਾ ਕਿ ਜਿਹੜੇ ਲੋਕ ਨੇ ਉਹਨਾਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਨਾ ਬੂਸਟ ਮਿਲਿਆ ਜਾਂ ਸਾਡੇ ਜਵਾਨਾਂ ਦੀਆਂ ਸ਼ਹਾਦਤਾਂ ਵਧੀਆਂ ਜਵਾਨਾਂ ਦੀਆਂ ਸ਼ਹਾਦਤਾਂ ਪਹਿਲਾਂ ਵੀ ਹੋ ਰਹੀਆਂ ਸੀਗੀਆਂ
लेकिन ये घट्टो घट जो है एक मैसेज गया है पूरी आर्मी के भी और लोगों के भी कि साड़ी जी आर्मी है इतनी कैपेबल हैगी है कि अगर अं चाहिए तो असं दूसरे देश में जाके भी पराक्रम पर्व मना रहे आर्मी खुश है। देखो सानू तो लगता है कि आर्मी खुश होना चाहिए इस चीज के कि हाँ भी लोगों तक उन्होंने यही जी शहादत और आर्मी के नाते वोटा नहीं लिखा जाते वोटा लै रहे हो आर्मी के नाते अभी कोई वोटा मंगने नहीं जा रहे जो प्रोग्राम हो रहे अं कह रहे सू वोट दो इस गल के उ असं कोई कहीं भी वोट नहीं मांग रहे लेकिन लेकिन उन्होंने जी एक हिम्मत सी जो उन्होंने एक काम किया असं लोगों तक पहुंचाने की कोशिश कर रहे हैं कि साड़ी आर्मी जी है इस कैपैसिटी की मालक हैगी है कि असं कि जाके भी कुछ कर सकते हैं। ब्रिगेडियर प्रदीप शर्मा आर्मी का मनोबल वधा रहे हैं सर्जिकल स्ट्राइक बारे प्रचार करके सर्जिकल स्ट्राइक से पराक्रम पर्व मना के आर्मी का मनोबल वधाया जा रहा विरोधियों को यह लगता है कि वोटा इकट्ठिया कर रहे आर्मी की लगता है वोट इकट्ठी कर रहे आर्मी भी यही लगता ये सर्जिकल स्ट्राइक के बाद यूपी में इलेक्शन थी तब भी प्रचार किया सर्जिकल स्ट्राइक्स की और अब फिर कर रहे हैं इलेक्शन से पहले। अगर आर्मी का आपने मनोबल बढ़ाना है तो जो हमारे एक सर्विसमैन जंतर मंतर में बैठे हैं हजार घंटे से हजार दिन से ज़्यादा हो गए उनकी देखभाल करो जिनके बरखिलाफ आपने JNK में FIR दर्ज कराई हैं जो 700 बंदों को आपने मजबूरन सुप्रीम कोर्ट के दरवाजे खड़खड़ाने में खड़ा कर दिया आप इन चीज़ों को थोड़ा गहरी नज़र से देखो कौन खुश है और कौन नाराज है। पाकिस्तान खुश होगा चीनी खुश होंगे डोकलम में जो होना था हो गया चीनी उधर ही बैठे हैं आपने तो पूरा हल्ला मचा दिया जी हमने डोकलम में चीनियों को रोक दिया। सो मेरा इसमें आर्मी खुश नहीं आर्मी खुश नहीं है जड़ी इन सर्विस हो भी खुश नहीं जड़ी इन सर्विस हो भी खुश नहीं आर्मी यस इसलिए खुश नहीं है कि उनको महसूस होता है कि आर्मी का काम दोनों पॉलिटिकल पार्टीज जो हैं एक्सप्लॉइट कर रही हैं अपने फायदे के लिए और इसमें देश का नुकसान हो रहा है देश का नुकसान हो रहा है। विक्रमजीत सिंह तो आने की लगता है पराक्रम पर्व जड़ा वो मना के एक किंदा मनोबल बताया जा रहा है ये कहते हैं आर्मी का खुश नहीं है। नहीं आई थिंक आर्मी में ये भी पॉइंट आ रहा है कि इस सर्जिकल स्ट्राइक्स तो पहला भी काफी क्रॉस बॉर्डर क्रॉस LOC रेड्स हुई ने बहुत केप्ट सीक्रेट यू नो द गवर्नमेंट ऑफ द डे डिड नॉट डिक्लेयर दम सो उन्होंने भी साढ़े फौज ने बड़े डीप जाके स्ट्राइक्स कीतिया ने एक LOC इनकर्जन आई थिंक 14 किलोमीटर क्रॉस करके इन्होंने अटैक किया। नो अगर तुम सिर्फ एक ऑपरेशन के बंद सैलीब्रेट करो उन्होंने हीरो बनाओ और जो 1990 तो जो स्ट्राइक्स चल रही ने रेड उन्होंने जोड़े साढ़े फौजियों ने चुपचाप जाके अपना काम किया पाकिस्तान के पोस्ट से हमला किया टेक ओवर भी किए उन्होंने मारिया भी और सक्सैसफुली वापस आ गए उन्होंने तो असं सारा इग्नोर करते उन्होंने तो असं एक्नोलेज भी नहीं कर रहे अच्छ सिर्फ एक सर्जिकल स्ट्राइक एक ऑपरेशन आप हाईलाइट करके कर रहे हैं और वह भी क्योंकि BJP गवर्नमेंट ने उन्होंने NDA गवर्नमेंट ने उन्होंने बड़ा जोरों तारा था पब्लिकली डिकलेयर किया कि असी सर्जिकल स्ट्राइक की है उन्होंने यूपी में पोस्टर्स भी लगाए मनोहर पारेकर ने यह भी किया कि मैं एक हनुमान जैसे मैंने आर्मी को ताकत दी एज इडियम्स और मेटाफर्स भी यूज़ किए सो इलेक्शन हुण कोल आ रही इस साल थोड़ा बिल्कुल ठीक सा कि पहले साल एनीवर्सरी तो चुप रहे हूँ सैकेंड ईयर एनीवर्सरी जब इलेक्शन कोल आ रही इन्होंने सडनली बड़ा व्डा एक एनीवर्सरी करता तो इस पर एक क्वेश्चन उठता है कि इन्हों के मोटिवस की ने सवाल है विक्रमजीत क्वेश्चन विरोधियों का चुकया जाए या आर्मी का चुकया जाए जवानों का चुकया जाए। देखो आर्मी के बड़े सीनियर रिटायर्ड जनरल्स है लेफ्टिनेंट जनरल विनोद भाटिया DGMO रहे हैं लेफ्टिनेंट जनरल प्रकाश कटोच ही इज हिमसेल्फ अ स्पेशल फोर्सेज ऑफिसर सियाचिन ब्रिगेड के कमांडर रहे ड्यूरिंग कारगिल वॉर उन्होंने बहुत स्ट्रेट फॉरवर्ड क्रिटिसिजम की है कि यू आर एक्सप्लॉयटिंग द आर्मी फॉर पोलिटिकल परपसिज ठीक है अगर इन्हें सीनियर ऑफिसर्स जो स्पेशल फोर्सेस पैराशूट रेजिमेंट के ऑफिसर्स ऐ जी गल कर रहे हैं मीनस वी हैव टू टेक इट सीरियसली बट एट द सेम टाइम वन हैज़ टू बी वेरी क्लीयर कि सर्जिकल स्ट्राइक्स जिन्हें कीतियां सी ऐ जी स्ट्राइक्स पहला कभी नहीं हुई क्योंकि 3 points 1 देवर अक्रॉस अ वेरी वाइड LOC फ्रंटियर सेकेंडली देवर एट 5 to 6 points विच हैज नेवर हैपन्ड बिफोर थर्डली देवर ऑल almost virtually simultaneously and they came back without just one wounded soldier we destroyed a couple of launch pads unhone bhi kafi casualties ki thi terrorists so it was a very well coordinated operation pehla ki hunda si ek battalion level te ek
रेड जाती सी एट वन पॉइंट, ठीक है, और मैक्सिमम वन आर टू पॉइंट से जाता सी, एक कोऑर्डिनेटेड अक्रॉस सच अक्रॉस। चलो मैं एक छोटा ब्रेक लेना, विक्रम जी एक छोटा ब्रेक, और आई थिंक ऑपरेशन लेवल ते असी क्रेडिट देना पाएगा सन। ठीक है, एक छोटा ब्रेक लेना, ब्रेक तो वापस आवांगे। शहीदों की शहादत ते एक प्रचार करके सियासत की इमारत नहीं खड़ी की जा रही, ये विरोधी सवाल पूछ रहे हैं, पर फौज की सवाल पूछ रही है, फौज यह सवाल पूछ रही है साडा बजट क्यों घटा दिता गया, ओ आर ओ पी है जी पूरी तरह लागू क्यों नहीं की जा रही, फौज यह पूछ रही है कि साडे फौजियों की नौकरी है जी उन्होंने बेरोजगारी क्यों बढ़ती जा रही है, की है उन्होंने रुजगार क्यों घटाया जा रहा है, ये सारे सवाल है फौज के, वो सारे सवाल अभी पूछा के, तो सवाल यह भी पूछा के सार्क मिलनी नहीं हुई उनका हासिल की होया, कि सार्क विच भारत पाकिस्तान विचाले कुड़त्तन वाली सियासत दे की ने मायने। खास पैनल साडा मौजूद हैगा ब्रिगेडियर प्रदीप जी, सवाल यह हैगा सर्जिकल स्ट्राइक की क्यों गई, इनका मकसद की सी, केवल तिंगरा साहब तुम पहुँच के थोड़ा बहुत स्वागत करते हैं। हाँ जी, मैं पूछना चाहता हूँ सरकार से कि सर्जिकल स्ट्राइक्स का मकसद क्या था, क्या मकसद ये था कि पाकिस्तान की तरफ से जो भी मुठभेड़ हो रहा था वो बंद हो जाएगा, क्या मकसद ये था कि उनको एक हम मुंह तोड़ जवाब देंगे और फिर उनको टेबल पे ले आएंगे बातचीत के लिए, मकसद क्या था? ए उन्हें लगता भी एक हारया हुआ जवान ये सवाल कर रहे हैं, ये हारया हुआ जवान नहीं हैगा है, एक भरया हुआ जवान हैगा, खुंदक हैगी है, मेरे खून खोल रहा मेरा कि तुसी मेरे मुंडिया नू सरहद पार भेजता, अज भी कुर्बानी दे रहे ने वो, जिस तरीके बार बार अटैक हो रहे थे और जिस तरीके टैरिस जिहड़े सीगे ओह पैदा किए जा रहे थे उन्होंने उपर सर्जिकल स्ट्राइक करना बहुत जरूरी सी, और एक जगह तो नहीं होया, पहला भी इतने गल हुई है कि चर्चा हुई कि पांच छे जगह पर कट्ठा अटैक किया गया, वो अड्डे उन्होंने खत्म किए गए, उन्होंने काफ़ी लोग जोड़े से उन्होंने मारिया गया, उस तो बाद साढ़े जोड़े जवान सके बिल्कुल सेफ जोड़े है वापस आए, और करके जो पाकिस्तान जोड़े अड्डे से उन्होंने दोबारा क्रिएट कर टाइम लगे, दोबारा फिर यानी कि नहीं बने है दोबारा होए क्रिएट हुए ने दोबारा उन्होंने भर्तियां कर टाइम लगे। फौज से सरकार फिर विश्वास वाला पुल क्यों देखो देखो जोड़ा अटैक होया ब्रिगेडियर साहब को पता नहीं कि पता है, लेकिन आर्मी नू बिल्कुल फ्री हैंड फर्स्ट टाइम दिता गया कि अपने बलबूते ते जो करना चाहते ने वो करन, इहदे च कोई भी इंटरफेरेंस नहीं सी। ठीक है, उस तो पहला कभी भी जिहड़ी फौज है उहनू फ्री हैंड नहीं दिता गया। केवल तिंगड़ा फौज नू फ्री हैंड किया गया, तुसी इहनां तों सबूत मांगदे सी, इहनां सबूत भी रखते, हुण तुहानू तकलीफ है पराक्रम पर्व क्यों मना रहे हो, तुसी सबूत मंगे उह इहनां रखते हो, पराक्रम पर्व ते भी तुहानू इतराज हैगा, तुसी इतराज ही जताई जाओगे बस पठानकोट लेके एयरबेस नू दिखाया जांदा है, किस गल तो दिखाया जांदा जे तुहाडे संबंध अच्छे नहीं है, उन्होंने क्यों एयरबेस नू वॉच कराया गया आई एस आई नू बुला के, एक पासे दा तुसी कहने हो असीं उन्हां दे जाके ध्वस्त करके आए, दूजे पासे तुसी आईएसआई नूं पंजाब दे विच बुला के पठानकोट दा एयरबेस दिखा रहे हो, किस तरह की सरकार गल कर रही है, इन्हां नूं कुछ नहीं पता, सार्क सम्मेलन दे विच हुण जो हो रहा है वो ये कह रहे असी जाना नहीं, किस तरह दियां इन्हां दी सारे सिस्टम फेलियर नजर आए, क्योंकि इन्हां नूं काम करन दी अनुभवहीनता है, जिहड़े जिहड़े मोदी जी ने गल्लां सी वो बहुत वड्डियां वड्डियां कीतियां सीगियां, अज साढ़े चार तजर्बा सी तुसी 44 रह गए, नहीं गल सुनो ना, जे असी 10 साल सरकार चलाई है ना उस तो बाद असी 60 साल दा नेम भी लैने आ कि असी सरकार चलांदे रहे आ, और सरकार इसीलिए चलांदे रहे आ क्योंकि लोग सानू समझदे सी, लोग सानू वोट दिंदे सी, अज हर फौजी नू ओदी फैसिलिटी नहीं मिल रही, अज रफाल दा केस सारे मुखर तौर ते चल रहा है, इन्ने इन्ना कपला कीता इस सरकार ने उसके लिए जेपीसी का गठन नहीं कर रही, ओदी अमाउंट नहीं दस रही कि कितनी अमाउंट का जहाज जिहड़ा है खरीदिया गया, दी गल हो गई बफोर दी गल हो गई, बहुत सारिया गल्ल है, अगर बहुत कुछ दूर तक जाना है, लेकिन सरकार का बहुत वड्डा फेलियर है, एक साल सरकार फेल हो गई, सरकार फेल हो रही है पाकिस्तान के मामले में, साल के बदले 10 साल लेके आने सके, सोनीपत शहीद का शव आया ए मौन हो गए, कोई बंदा गल करन भी नहीं जा रहा, उन्होंने सारा के बदले वापस आ रहा है, तकड़ी फौजियों के नाल जो वापस आ रहा है, एक मिनट विक्रम सर, हरजीत पुल्लर साहब मेरा एक सवाल है, क्या तुम उत्थे जाने हो जफ़ी पा के आने, सिद्धू की जफ़ी से तुम सवाल चुक दौ, मेरा सवाल है जेडे शहादत पा रहे जवान उन्होंने घर गए,
देखो जिहड़ा भी शहीद हुंदा है ओहदे घर जिहड़ा भी उत्थों दा पोलिटिकल लीडर हैगा उस एरिया दा चाहे एमपी है चाहे एमएलए है चाहे साडा एडमिनिस्ट्रेशन दे जिहड़े लोग ने ओह जांदे कोई नहीं गया इच कोई डाउट नहीं मैं ढिंगरा साहब नूं पुछणा चाहुंदा इन्हां दे किहड़े लीडर उत्थे गए ने मैं गया मैं ढिंगरा साहब जा रहे सिर्फ सिर्फ इह गल्लां करन जोगी चीफ मिनिस्टर हरियाणा मैं इन्हां नूं रिक्वेस्ट करना चाहुंदा आ सचिन जाके देखण तुसीं दो जवानां दा हाल 4 साल पहला सीगा उस वार कितना बेहतर आ गया एक्सीएम प्रॉपर तुहाडे कोल प्रॉपर चैनल दे उत्ते उन्हां जिहड़े मोबाइल तों कढ के रूम बनाए गए ने ਜਿਹੜਾ ਹੀਟਿੰਗ ਸਿਸਟਮ ਹੈਗਾ ਸਾਰਾ ਕੁਝ ਸਿਸਟਮ ਲਾਏ ਗਏ ਨੇ ਉੱਥੇ ਇਹ ਕਿਹੜੀ ਗੱਲਾਂ ਕਰਦੇ ਨੇ ਬਾਰਡਰ ਉੱਤੇ ਜਾ ਕੇ ਚੈੱਕ ਕਰਕੇ ਦੇਖਣ ਆ ਜਿਹੜੇ ਉੱਥੇ ਫੌਜੀ ਨੇ ਜਿਹੜੇ ਉੱਥੇ ਪੈਟਰੋਲਿੰਗ ਕਰਦੇ ਆ ਉਹਨਾਂ ਦੇ ਪ੍ਰੋਪਰ ਰੂਮ ਬਣਾਏ ਗਏ ਸਿਰੇ ਏਸੀ ਤੱਕ ਲੱਗੇ ਹੋਏ ਨੇ ਠੀਕ ਮੈਂ ਆ ਰਿਹਾ ਵਿਕਰਮਜੀਤ ਸਿੰਘ ਫੌਜ ਕਹਿੰਦੀ ਹੈ ਸਾਡਾ ਬਜਟ ਘਟਾਤਾ ਇਹਨਾਂ ਨੇ ਫੌਜ ਇਹ ਕਹਿੰਦੀ ਹੈ ਕਿ ਸਾਡੇ ਜਿਹੜਾ ਰੁਜ਼ਗਾਰ ਹੈ ਉਹ ਸਾਡੇ ਤੋਂ ਖੋਇਆ ਜਾ ਰਿਹਾ ਇਹ ਕਹਿੰਦੇ ਅਸੀਂ ਫੌਜ ਦਾ ਮਨੋਬਲ ਵਧਾ ਰਹੇ ਹਾਂ ਨਹੀਂ ਆਈ ਥਿੰਕ ਪਹਿਲਾ ਪੁਆਇੰਟ ਵੀ ਮਸਟ ਬੀ ਵੈਰੀ ਕਲੀਅਰ ਕਿ ਜਿਹੜੀ ਸਰਜੀਕਲ ਸਟ੍ਰਾਈਕਸ ਹੋਈ ਸੀ ਉਹਦਾ ਇੱਕ ਓਬਜੈਕਟਿਵ ਸੀਗਾ ਔਰ ਉਹਦਾ ਇੱਕ ਸਟ੍ਰੈਟੇਜਿਕ ਓਬਜੈਕਟਿਵ ਵੀ ਸੀਗਾ ਕਿ ਇਟ ਵਾਜ਼ ਅ ਪੋਲੀਟੀਕਲ ਡੈਕਲੇਰੇਸ਼ਨ ਕਿ ਅਸੀਂ LOC ਕ੍ਰੋਸ ਕੀਤੀ ਹੈ ਪਹਿਲਾਂ ਕਦੀ ਰੇਡਸ ਵਿੱਚ ਗਵਰਨਮੈਂਟ ਨੇ ਐਕਨੋਲੇਜ ਨਹੀਂ ਕੀਤਾ ਕਿ ਅਸੀਂ LOC ਕ੍ਰੋਸ ਕੀਤੀ ਉਹ ਕ੍ਰੈਡਿਟ ਜਾਂਦਾ ਸਰਕਾਰ ਨੂੰ ਬਿਲਕੁਲ ਜਾਂਦਾ ਹੈਗਾ ਇੱਕ ਮਿੰਟ ਪਲੀਜ਼ ਹੋਲਡ ਆਨ ਪਹਿਲਾਂ ਵੀ ਸੁਣ ਲਓ ਇੱਕ ਮਿੰਟ ਆ ਰਿਹਾ ਸਰਜੀਕਲ ਸਟ੍ਰਾਈਕਸ ਹੋਈਆਂ ਰੇਡਸ ਹੋਈਆਂ ਬਟ ਗਵਰਨਮੈਂਟ ਡਿਡ ਨਾਟ ਡਿਕਲੇਅਰ ਦੈਮ This was a political declaration that we can cross the LC and hit across the LC if we are threatened. Pehla ye nahi hua aise. It was a political declaration. Let me complete your idea. So it was a political declaration which had never. Tusi remember karoge Kargil war vich Vajpayee ji ne LOC army nu nahi cross karan ditti respecting the LC saying it is the LC but I think the government made a very bold decision that we have crossed the LC and raided. It was a warning to Pakistan. You see, Pakistan te surgical strike da ki asar paya si us time ke Pakistan was forced to deny them. Pakistan ne officially deny kitiyan. Unhan nu inna shock paya ke inni jagah point se raids paake army Indian army ne attack kita hai. So there was an impact fact. But for the value of the surgical strikes to become a strategic response to Pakistan's proxy war, the government should have had the political courage to launch more strikes across the LC. Jab Pakistan ne Nagrota te, Pulwama te, Panzgam artillery brigade de camp te jis tarah attack kite si, India should have launched more counter surgical strikes. Surgical strike more karne chahiye si, rukna nahi chahiye si ga. Inna ne political courage, inna di maar gi, inna di hat gi, aur surgical strikes ultimately remained a very good tactical operation. They did not have an impact at the strategic level. Brigadier Pradesh Sharma, tusi kehnde si mainu maqsad nahi samajh aaya. Dekhiye aisa hai, mere ko abhi tak nahi samajh mein aaya. Kyunki agar irada ye tha ki hum Pakistan ko marenge, joota ek muh band kar denge aur border mein aman chain aur shanti ho jayegi. Nahi hua. Ugrawadi aur aatankwadi hamle aur badh gaye. Hamare sainikon ke sir bhi kate. Wo sab chal raha hai. इससे पहले भी हमारे सैनिक बॉर्डर के पार जा करके सिर लेके आए हुए थे 13-13 सिर ला करके पटक दिए इस तो पहला यूपी शर्मा जी इस तो पहला यूपी की गवर्नमेंट रही है उन्होंने भी कुछ स्ट्राइक्स की असर होया चाहे प्रचार घट किया हो पर कोई असर नहीं हुआ एक ब्रिगेडियर प्रदीप शर्मा गल कह रहे हैं मैं एक चीज कहना चाह रहा जेड़ी चीज नू पॉलिटिकल साइज किया जा रहा है वो गल दे उत्ते सवाल है सवाल ये नहीं है मैं जवाब देंगा पर मैं तुम एक चीज कह रहा कि जेड़ी DGMO तो प्रेस कॉन्फ्रेंस कराई गई ये पॉलिटिकल साइज करने वास्ते सारा काम किया गया ये असल च सर्जिकल स्ट्राइक उस कंट्री नू डरावा देने वास्ते की गई ये गल नू मैं मानता लेकिन अगर आपां उन्हूं इंडिया तो DGMO तो प्रेस कॉन्फ्रेंस करा के पब्लिसाइज किया जाए आ काम जिहड़ा है इन्हां दा रोंग सीगा ਟਿੰਡੋਰਾ ਬਾਰ ਬਾਰ ਹੁਣ 2 ਸਾਲਾ ਮਨਾ ਰਹੇ ਹੈ ਇਹ ਵੀ ਟਿੰਡੋਰਾ ਹੀ ਪਿੱਟਣਾ ਕਿਉਂਕਿ ਇਲੈਕਸ਼ਨ ਨੇੜੇ ਆ ਗਏ ਮੈਂ ਤੁਹਾਨੂੰ ਇੱਕ ਚੀਜ਼ ਕਹਿ ਰਿਹਾ ਪੋਲੀਟੀਕਲ ਸਾਈਜ਼ ਇਸ ਲਈ ਹੋ ਰਿਹਾ
क्योंकि इलेक्शन नजदीक है। दूसरी गल मैं तुहानू एक चीज होर कहना चाहना, जिहड़े लोग जिहड़े जिहड़ियां शहादतां होईयां ਉਹ ਉਸ ਤਰ੍ਹਾਂ ਤੋਂ ਲੈ ਕੇ ਅੱਗੇ ਵੱਧਦੀਆਂ ਜਾ ਰਹੀਆਂ। ਇਸ ਦੇ ਵਿੱਚ ਇਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਸਰ ਦੇ ਬਦਲੇ 10 ਸਰ ਲਿਆਵਾਂਗੇ। 4000 ਜਿਹੜੀਆਂ ਸ਼ਹਾਦਤ ਹੋਈਆਂ ਉਸ ਦੇ ਵਿੱਚ 40000 ਸਰ ਲਿਆ ਗਿਆ। ਇਹਨਾਂ ਨੂੰ ਇਹ ਦੱਸਣਾ ਚਾਹੀਦਾ ਸਰਕਾਰ ਇਸ ਦੇ ਉੱਤੇ ਬੈਕਫੁੱਟ ਕਰ ਰਹੀ ਹੈ। ਟਿੰਗਰਾ ਸਾਹਿਬ ਜਿਹੜਾ ਸਰਜੀਕਲ ਸਟ੍ਰਾਈਕ ਹੋਇਆ ਸੀਗਾ ਉਹਦੇ ਵਿੱਚ ਕਿੰਨੇ ਸਿਰ ਗਹਿਣੇ ਉਹਨਾਂ ਦੇ, ਇਹ ਤੁਸੀਂ ਗਿਣਤੀ ਨਹੀਂ ਕਰਦੇ। ਬੈਕਫੁੱਟ ਤੇ ਤੁਸੀਂ ਬੈਕਫੁੱਟ ਤੇ ਤੁਸੀਂ ਕਿਹੜੇ ਬੈਕਫੁੱਟ ਵਾਈਟ ਪੇਪਰ ਦੱਸੋ ਤੁਸੀਂ ਬਿਲਕੁਲ ਡੀਮੋਰਲਾਈਜ਼ ਕਰਕੇ ਰੱਖਿਆ ਫੌਜ ਨੂੰ, ਤੁਸੀਂ ਨਹੀਂ ਅੱਗੇ ਜਾਣ ਦਿੱਤਾ ਆਦਮੀਆਂ ਨੂੰ ਸਟ੍ਰਾਈਕ ਕੀਤਾ ਫੌਜ ਨੂੰ, ਆਪਣੇ ਆਪਣੇ ਸਾਰੀ ਗਿਣਤੀ ਹੈ ਯੂਜ਼ ਕੀਤਾ ਹਿੰਦੁਸਤਾਨ ਦੇ ਵਿੱਚ, ਹਿੰਦੁਸਤਾਨ ਦੇ ਵੀ ਫੌਜ ਨੂੰ ਤੁਸੀਂ ਯੂਜ਼ ਕੀਤਾ ਹਰਮੰਦਰ ਸਾਹਿਬ ਦੇ ਬੀਜੇਪੀ ਨੇ ਯੂਜ਼ ਕੀਤਾ। ਇਹ ਬੀਜੇਪੀ ਨੇ ਯੂਜ਼ ਕੀਤਾ ਜਦੋਂ ਬੀਜੇਪੀ ਨੂੰ ਪ੍ਰੈਸ ਕਾਨਫਰੰਸ ਹੋਈ। ਇੱਕ ਮਿੰਟ, ਗਲਤ ਗੱਲ, ਬੀਜੇਪੀ ਨੇ ਕਿਤੇ ਵੀ ਫੌਜ ਨੂੰ ਬਿਜ਼ੀ ਨਹੀਂ ਕੀਤਾ। ਬੀਜੇਪੀ ਤੋਂ ਪ੍ਰੈਸ ਕਾਨਫਰੰਸ ਕਰਾਣਾ ਹੀ ਜਿਹੜਾ ਹੈ ਪੋਲੀਟੀਕਲ ਸਾਈਜ਼ ਕਰਨਾ ਉਹਨੂੰ, ਜੇਕਰ 2 ਸਾਲਾਂ ਕਰਾਣਾ ਹੈ ਵਿਕਰਮਜੀਤ ਮੈਨੂੰ ਇਸ ਸਵਾਲ ਦਾ ਜਵਾਬ ਚਾਹੀਦਾ। ਜਦੋਂ ਸਾਰਕ ਵਿੱਚ ਜਾਣਾ ਹੁੰਦਾ ਉਸ ਤੋਂ ਪਹਿਲਾਂ, ਇਹ ਸਾਰਕ ਵਾਲਾ ਮੁੱਦਾ ਤੁਸੀਂ ਪਹਿਲਾਂ ਡਿਸਕਸ ਕਰ ਚੁੱਕੇ ਹੋ, ਉਸ ਤੋਂ ਪਹਿਲਾਂ ਜਿਹੜੀ ਦੋਨਾਂ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਹੋਣੀ ਸੀ ਉਹ ਰੱਦ ਹੋਈ, ਪਹਿਲ ਪਾਕਿਸਤਾਨ ਨੇ ਕੀਤੀ ਸੀ। ਰੱਦ ਹੋਣ ਤੋਂ ਬਾਅਦ ਉੱਥੇ ਜਦੋਂ ਇੱਕ ਦੂਜੇ ਨਾਲ ਮੀਟਿੰਗ ਹੋਣੀ ਹੈ, ਜਦੋਂ ਉੱਥੇ ਬੈਠਣਾ ਹੈਗਾ ਆਹਮੋ ਸਾਹਮਣੇ, ਉਦੋਂ ਸੁਸ਼ਮਾ ਸਵਰਾਜ ਜੀ ਮਿਸਟਰ ਕੁਰੈਸ਼ੀ ਦਾ ਭਾਸ਼ਣ ਸੁਣੇ ਬਿਨਾਂ ਬਾਹਰ ਆ ਗਏ। ਉਹਨਾਂ ਨੇ ਨਿਰਾਸ਼ਾ ਪਟਾਈ ਹੈ ਕਿ ਨਿਰਾਸ਼ ਕਿਹਨੂੰ ਹੋਣਾ ਚਾਹੀਦਾ, ਪਾਕਿਸਤਾਨ ਨੂੰ ਜਾਂ ਭਾਰਤ? ਇਹ ਦੇਖੋ ਜੀ, ਦੋਨੋਂ ਦੇ ਇੰਡੀਆ ਔਰ ਪਾਕਿਸਤਾਨ ਨੂੰ ਇਸ ਗੱਲ 'ਤੇ ਬਹੁਤ ਨਿਰਾਸ਼ ਹੋਣਾ ਚਾਹੀਦਾ ਕਿ ਸਾਊਥ ਏਸ਼ੀਆ ਦੀ ਜਿਹੜੀ ਡਿਪਲੋਮਸੀ ਹੈ, ਕਨੈਕਟੀਵਿਟੀ ਦੇ ਮੁੱਦੇ ਨੇ, ਟ੍ਰੇਡ ਦੇ ਮੁੱਦੇ ਨੇ, ਉਹ ਬਿਲਕੁਲ ਬੈਕਫੁੱਟ 'ਤੇ ਚਲੇ ਗਏ ਨੇ ਬਿਕੋਜ਼ ਆਫ ਦਿਸ ਐਕਰੋਮੋਨੀਅਸ ਡਿਪਲੋਮਸੀ ਬਿਟਵੀਨ ਇੰਡੀਆ ਐਂਡ ਪਾਕਿਸਤਾਨ। ਐਟ ਦ ਸੇਮ ਟਾਈਮ ਇਹ ਗੱਲ ਵੀ ਪੱਕੀ ਹੈ ਕਿ ਇੰਡੀਆ ਨੇ ਸਾਰਕ ਜਿਹੜਾ ਸਮਿਟ ਪਾਕਿਸਤਾਨ ਵਿੱਚ ਹੁੰਦਾ ਸੀ ਉਹਨੂੰ ਬੋਇਕਾਟ ਕਰਵਾ ਕੇ ਥਰੂ ਅਦਰ ਨੇਸ਼ਨਸ ਅਲੋਂਗ ਵਿਦ ਇੰਡੀਆ ਪਾਕਿਸਤਾਨ ਨੂੰ ਇੱਕ ਫੀਲਿੰਗ ਆਫ ਰੀਜਨਲ ਆਈਸੋਲੇਸ਼ਨ ਵਿੱਚ ਬੈਕਫੁੱਟ 'ਤੇ ਪੁਸ਼ ਕੀਤਾ। ਇਹ ਵੀ ਇੱਕ ਅਚੀਵਮੈਂਟ ਹੈਗੀ ਹੈ ਕਿ ਪਾਕਿਸਤਾਨ ਇਜ਼ ਫੀਲਿੰਗ ਰੀਜਨਲੀ ਆਈਸੋਲੇਟਡ, ਕਿਉਂਕਿ ਸਾਰਕ ਉਹਨਾਂ ਦੇ ਤੁਸੀਂ ਕਹਿ ਰਹੇ ਰੀਜਨਲੀ ਆਈਸੋਲੇਟਡ, ਉਹ ਕਹਿ ਰਹੇ ਆ ਰੀਜਨਲ ਕੋਆਪਰੇਸ਼ਨ ਦੇ ਲਈ ਭਾਰਤ ਅੜਿੱਕਾ। ਯੈਸ, ਬਿਕੋਜ਼ ਇੰਡੀਆ ਇਜ਼ ਟ੍ਰਾਈਂਗ ਟੂ ਫਾਰਮ ਦ ਬਿਮਸਟੈਕ, ਦ ਬੇ ਆਫ ਬੰਗਾਲ ਮਲਟੀ ਸੈਕਟੋਰਲ ਇਨੀਸ਼ੀਏਟਿਵ, ਜਿਹੜੇ ਤੁਹਾਡੇ ਐਕਟ ਈਸਟ ਪਾਲਿਸੀ ਵਿੱਚ ਆਉਂਦੇ ਨੇ, ਬੰਗਲਾਦੇਸ਼ ਮਿਆਂਮਾਰ ਨਾਲ ਮਿਲ ਕੇ ਇੱਕ ਆਲਟਰਨੇਟਿਵ ਕਰਨ ਦੀ ਕੋਸ਼ਿਸ਼ ਕਰੀਏ, ਬਟ ਦੇਰ ਇਜ਼ ਨੋ ਆਲਟਰਨੇਟਿਵ ਟੂ ਟ੍ਰੇਡ ਐਂਡ ਕਨੈਕਟੀਵਿਟੀ ਵਿਦ ਅਫਗਾਨਿਸਤਾਨ ਐਂਡ ਸੈਂਟਰਲ ਏਸ਼ੀਆ। ਬਹੁਤ ਇੰਪੋਰਟੈਂਟ ਪਾਰਟ ਹੈਗਾ। ਅਗਰ ਅਸੀਂ ਸਾਰਕ ਨੂੰ ਨਹੀਂ ਰਿਵਾਈਵ ਕਰਦੇ ਇਨ ਸਮ ਪੁਆਇੰਟ ਆਫ ਟਾਈਮ, ਇਹ ਸਾਨੂੰ ਵੀ ਨੁਕਸਾਨ ਪਏਗਾ, ਕਿਉਂਕਿ ਪੰਜਾਬ ਨੂੰ ਨੁਕਸਾਨ ਪਏਗਾ, ਕਿਉਂਕਿ ਪੰਜਾਬ ਦਾ ਵਾਹਗਾ ਦੇ ਥਰੂ ਸੈਂਟਰਲ ਏਸ਼ੀਆ ਤੋਂ ਪਾਕਿਸਤਾਨ ਦੇ ਥਰੂ ਕੋਰੀਡੋਰ ਜਾਏਗਾ। ਅੱਜ ਅਫਗਾਨਿਸਤਾਨ ਇੰਡੀਆ ਨੂੰ ਗੁੱਡਸ ਭੇਜ ਸਕਦਾ ਹੈਗਾ ਬਾਏ ਲੈਂਡ, ਬਟ ਇੰਡੀਆ ਨਹੀਂ ਐਕਸਪੋਰਟ ਕਰ ਸਕਦਾ ਟੂ ਅਫਗਾਨਿਸਤਾਨ ਥਰੂ ਪਾਕਿਸਤਾਨ, ਕਿਉਂਕਿ ਪਾਕਿਸਤਾਨ ਅਲਾਓ ਨਹੀਂ ਕਰਦਾ। ਸੋ ਇਹ ਸਾਡਾ ਨੁਕਸਾਨ ਹੈਗਾ। ਇਮਰਾਨ ਖਾਨ ਦੀ ਗਵਰਨਮੈਂਟ ਨੇ ਟ੍ਰੇਡ ਦੇ ਬਾਰੇ ਵੀ ਗੱਲ ਕੀਤੀ ਹੈਗੀ ਹੈ, ਇਕੱਲੇ ਪੰਜਾਬ ਦੇ ਹਿਸਾਬ ਨਾਲ ਇਹ ਸੋਚਿਆ ਜਾਵੇ ਜਾਂ ਪੂਰੇ ਮੁਲਕ ਦੇ ਹਿਸਾਬ ਨਾਲ? ਨਹੀਂ, ਪੂਰੇ ਮੁਲਕ ਲਈ ਵੀ ਨੁਕਸਾਨ ਹੈ, ਕਿਉਂਕਿ ਅਗਰ ਪੂਰਾ ਮੁਲਕ ਸੈਂਟਰਲ ਏਸ਼ੀਆ ਅਫਗਾਨਿਸਤਾਨ ਪਾਕਿਸਤਾਨ ਦੇ ਥਰੂ ਟ੍ਰੇਡ ਕਨੈਕਟੀਵਿਟੀ, ਤੁਹਾਡੀ ਪਾਈਪਲਾਈਨਸ ਆਉਣੀਆਂ ਨੇ ਗੈਸ ਦੀਆਂ, ਆਇਲ ਦੀ ਵੀ ਆ ਸਕਦੀਆਂ ਥਰੂ ਸੈਂਟਰਲ ਏਸ਼ੀਆ, ਬਹੁਤ ਰਿਚ ਆ ਇਨ ਆਇਲ ਐਂਡ ਮਿਨਰਲਸ। ਅਗਰ ਅਸੀਂ ਉਹ ਨਹੀਂ ਕਰਾਂਗੇ ਬਿਕੋਜ਼ ਪਾਕਿਸਤਾਨ ਨਾਲ ਅੜਕਣ ਰੱਖ ਕੇ ਰੱਖਾਂਗੇ ਤਾਂ ਸਾਡਾ ਨੁਕਸਾਨ ਹੈ। ਅਲਟੀਮੇਟਲੀ ਇਹਦਾ ਇਹ ਪ੍ਰੋਬਲਮ ਇਹ ਹੈਗੀ ਹੈ ਕਿ ਬੀਜੇਪੀ ਦੀ ਜਿਹੜੀ ਪੋਲੀਟਿਕਸ ਹੈ ਉਹ ਐਂਟੀ ਪਾਕ ਪੋਲੀਟਿਕਸ 'ਤੇ ਬੇਸਡ ਹੈ, ਔਰ ਐਂਟੀ ਪਾਕ ਪੋਲੀਟਿਕਸ ਉਹ ਕਰਕੇ ਉਹ ਇੰਡੀਆ ਦੇ ਜਿਹੜੇ ਮੁਸਲਮਾਨ ਨੇ ਉਹ ਪਾਕਿਸਤਾਨ ਨਾਲ ਜੋੜਦੇ ਨੇ, ਠੀਕ ਹੈ, ਔਰ ਫਿਰ ਇੱਕ ਪੋਲਰਾਈਜੇਸ਼ਨ ਬਣਾਉਂਦੇ ਨੇ। ਤੁਸੀਂ ਇਹ ਕਹਿ ਰਹੇ ਹੋ ਬੀਜੇਪੀ ਦੀ ਪਾਲਿਸੀ ਐਂਟੀ ਪਾਕਿਸਤਾਨ, ਐਂਟੀ ਮੁਸਲਿਮ, ਤੇ ਇਹ ਸਾਰਾ ਕੁਝ ਮਿਸ਼ਨ ਪਾਕਿਸਤਾਨ ਔਰ ਮੁਸਲਮਾਨ ਨੂੰ ਇੱਕ ਕਰ ਲੈਂਦੇ ਨੇ, ਇਹ ਸਾਰਾ ਕੁਝ ਮਿਸ਼ਨ 2019 ਦਾ ਰਹਾ ਹੈ। ਹਾਂ, ਔਰ 2019 ਦੀ ਇਲੈਕਸ਼ਨ ਆ ਰਹੀਆਂ ਨੇ, ਸੋ ਉਹਨਾਂ ਨੂੰ ਇੱਕ ਪੋਲਰਾਈਜੇਸ਼ਨ ਬਹੁਤ ਇੰਪੋਰਟੈਂਟ ਆ ਉਹਨਾਂ ਦੀ ਪੋਲਿਟਿਕਸ ਦੀ, ਔਰ ਉਹਦੇ ਵਿੱਚ ਇੰਡੋ ਪਾਕ ਰਿਲੇਸ਼ਨਸ ਔਰ ਸਾਰਕ ਉਹਦਾ ਇੱਕ ਵਿਕਟਮ ਹੈ। ਠੀਕ ਹੈ, ਬ੍ਰਿਗੇਡ ਪ੍ਰਦੀਪ ਸ਼ਰਮਾ ਜੀ, ਸਾਰਕ ਤੋਂ ਹੋ ਕੇ ਹਿੰਦੁਸਤਾਨ ਦੀ ਸਿਆਸਤ ਹੈ, ਭਾਰਤ ਦੀ ਸਿਆਸਤ ਹੈ ਜਿਹੜੀ ਉਹ ਅਦਰਾਹ ਤਿਆਰ ਕਰਦੀ ਪਈ ਹੈ, ਤੁਸੀਂ ਐਗਰੀ ਕਰਦੇ ਹੋ ਇਸ ਗੱਲ ਨਾਲ? ਦੇਖੀਏ, ਨੈਸ਼ਨਲ ਇੰਟਰਸਟ ਹਮੇਸ਼ਾ ਪ੍ਰਥਮ ਹੋਣਾ ਚਾਹੀਏ, ਨੈਸ਼ਨਲ ਇੰਟਰਸਟ ਹਮੇਸ਼ਾ ਪ੍ਰਥਮ ਹੋਣਾ ਚਾਹੀਏ। ਇਕਨੋਮਿਕ ਗਰੋਥ ਨੈਸ਼ਨਲ ਇੰਟਰਸਟ ਕਾ ਇੱਕ ਭਾਗ ਹੈ। ਇਕਨੋਮਿਕ ਗਰੋਥ ਕੇ ਸਾਥ ਸਾਥ ਆਪਕੀ ਡਿਫੈਂਸ ਫੋਰਸਿਸ ਉਸਕੋ ਸਿਕਿਉਰਿਟੀ ਦੇਤੀ ਹੈ ਔਰ ਉਸਮੇ ਦਮ ਡਾਲਤੀ ਹੈ। ਅਗਰ ਦਮ ਸਹੀ ਹੋਤਾ ਪਾਕਿਸਤਾਨ ਟੇਬਲ ਪੇ ਆਏ, ਜਾਂ ਤੋ ਆਪ ਉਸਕੋ ਇਕਨੋਮਿਕਲੀ ਇਤਨਾ ਨਿਚੋੜ ਦੋ ਕਿ ਉਹ ਘੁਟਨੇ ਟੇਕ ਕੇ ਬੋਲੇ ਜੀ ਹਮਾਰੇ ਕੋ ਇਕਨੋਮਿਕ ਰੀਜ਼ਨਸ ਕੇ ਲੀਏ ਹਿੰਦੁਸਤਾਨ ਕੀ ਜ਼ਰੂਰਤ ਹੈ, ਉਹ ਆਪ ਕਰ ਨਹੀਂ ਪਾ ਰਹੇ, ਜਾਂ ਆਪ ਫੌਜ ਕਾ ਐਸਾ ਇਸਤੇਮਾਲ ਕਰੋ ਕਿ ਉਹ ਬੋਲੇ ਜੀ ਬਸ ਬਹੁਤ ਹੋ ਗਿਆ,
अब हमें अमन चैन चाहिए, चलो इकोनॉमी की बात करें, वो भी आप नहीं कर पा रहे। मैं मानता हूँ जो विक्रमजीत ने बोला कि भाई आपकी ऑयल पाइपलाइंस हैं, गैस पाइपलाइंस हैं, ट्रेड जोन्स बनते हैं, रोड्स बनते हैं, गेटवे खुलता है हर जगह, उसकी जरूरत है। लेकिन ब्रिगेडियर प्रदेश शर्मा जड़ी गल तुसी कह रहे हो, इहदा मतलब जे इदा ही कुड़त्तन बरकरार रहिंदी है, इहदा मतलब व्यापारक पक्षों दोनों मुल्क ही कमजोर रहणगे। उसके अलावा एक चीज जिसको हम अनदेखा कर रहे हैं, चाइना पाकिस्तान में भी उनका कदम है, चाइना का नेपाल में भी कदम है, चाइना के बांग्लादेश के साथ में भी ट्रीटी है, डिफेंस ट्रीटी है, म्यांमार के साथ में भी है, श्रीलंका में भी घुसा हुआ है। आपने क्या किया? मैं तुसी कह रहे हो साड़ी विदेश नीति फेल है। मेरा कहना यह है कि जितनी तगड़ी होनी चाहिए थी उतनी सोच कमजोर है, सूझ विदेश नीति कमजोर है। तुसी ये कहना चाह रहे हो विदेश नीति आज ही कमजोर हुई है? मैं और सवाल कर रहा हूं, पहले से ही कमजोर, कितने सालों तो कमजोर, मुझे नहीं पता कितने सालों से, पर कमजोर है। केवल चिंगरा साहब, मैं एक पॉइंट ऐड करना चाहता, वेरी इंपॉर्टेंट। देखो चाइना का जो एम्फेसिस इज ऑन कनेक्टिविटी, रीजनल कनेक्टिविटी, अनलेस इंडिया ऑफर्स क्रेडिबल ऑल्टरनेटिव्स ऑफ कनेक्टिविटी, जिहड़े साडे सराउंडिंग नेशंस ने इंक्लूडिंग मालदीव जिहड़ा साडे स्फीयर ऑफ इन्फ्लुएंस च आंदा है, वो चाइना दे तरफ टिल्ट करनगे। सो वी कांट कंप्लेन के जी चाइना बड़ा जबरदस्त गेम खेड रही है, इट इज डूइंग डेप्ट डिप्लोमेसी, पुटिंग कंट्रीज इन टू डेट ट्रैप्स। We cannot complain until we give them a credible alternative of connectivity. अगर ये point ऐसे grasp नहीं कर पाओगे, China इस पूरे region में हावी होएगा। ठीक है, पांच केवल ग्राम साहब। गलत है। देश नीति fail हो रही है, कमजोर हो रही है। देखिए मैं तो एक गल दसांगा, साडे prime minister दी थोड़ी पहला भूमिका ते जाना चाहिए। तीन बार chief minister रहे गुजरात ते, उन्होंने उत्थे हिंदू मुस्लिम नू लड़ा के राज किया। नहीं, नहीं एक सेकंड, I'll contradict that। उस तो बाद, एक सेकंड, आप बाद में बोलिए। उस तो बाद देश दे विच, उस तो बाद देश दे विच सारी स्टेटा दे विच, सारी स्टेटा दे विच फिरका प्रस्ती कराती है। चौथी गल ये नहीं सीगा, एक सेकंड किसका बोल दे हो, एक मिनट का बोल दे हो, मैंनू पूछ रहे हो, सवाल देने हो, बाद जवाब देना, एक मिनट केवल तिगड़ा साहब, अपने टाइम तो केवल तिगड़ा साहब, तुम्हारे विच नहीं बोलोगे, केवल तिगड़ा साहब, केवल तिगड़ा साहब, एक मिनट केवल नहीं बोलोगे, केवल तिगड़ा साहब, नहीं सिखा का कारण करके रखता है, मैं तो केवल तिगड़ा साहब, केवल तिगड़ा साहब, हां जी कराए जवाब उसका जवाब तद दिता जाएगा जो प्रधानमंत्री बनेंगे, उन्होंने जो वायदा होगा ना पूरा होगा, सुपने रह जाएगा। लेकिन जेडे मैं तुम ऑलरेडी प्रधानमंत्री रहे इंदिरा गांधी ने बंगलादेश और पाकिस्तान नु अलग अलग करन दा काम किता, इन्होंने की किता मैं दसो, 65 दी लड़ाई लड़ी, 71 दी लड़ाई हुई, जदों वड्डे वड्डे फैसले लेने सी सारे कांग्रेस ने ले, जिन्नियां स्ट्राइकां हुईयां कांग्रेस दे टाइम हुईयां, एक स्ट्राइक करके उस नु पॉलिटिकल साइज किता गया। इस गल दा सवाल है, सवाल इस गल दा है कि इन्हां नु इन्हां दीयां नीतियां फेल, इन्हां दे काम फेल, वड्डे वड्डे वादे सिंगरा साहब मुस्लिम हिंदुओं नू लड़ा के आपस दे विच फौज मार गई, टेबल दे मुस्लिम दे मुद्दे लेके सारे देश दे विच भड़कान लई काम करदे रहे। आज तक 4 साल ही कुछ करदे रहे, हुण इलेक्शन आ गया, हुण ओहदे उत्ते फिर उहनू क्रिटिसाइज कर रहे हैं। फौज नू भी क्रिटिसाइज कर रहे हैं, ढिंगरा जी फौज नू भी क्रिटिसाइज कर रहे हैं। लेट मी रिस्पोंड टू हिम प्लीज। ढिंगरा जी आप क्या गुजरात में थे जब गोडरा राइट्स हुए? बिल्कुल मेरे को सब मालूम है। आप थे? आई वाज इन कांग्रेस, मुझे एक एक चीज पता है। आप बताइए उस ट्रेन को किसने जलवाया? मोदी पे लगे, एक अमित शाह पे लगे, एक सेकंड वहां पे जो हत्या कर रहे हैं सवाल ना सीधा करो, इन्होंने जवाब नहीं देना। बड़ा सिंपल, मैं गुजरात में था जब भूकंप आया, जब बाढ़ आई और जब दंगे हुए। उसके बाद जब तक मोदी जी वहां पर चीफ मिनिस्टर थे, एक भी मुसलमान का बाल बांका नहीं हुआ। ठीक है, मैं कानपुर में था जब बाबरी मस्जिद तोड़ी गई, रायट्स हुए,
ਗੁਆਂਢੀ ਮੁਲਕ ਦੀ ਗੱਲ ਕਰ ਰਹੇ ਹਾਂ, ਸਾਰਕ ਦੀ ਗੱਲ ਕਰ ਰਹੇ ਹਾਂ, ਅਸੀਂ ਸਰਜੀਕਲ ਸਟ੍ਰਾਈਕ ਦੀ ਗੱਲ ਕਰ ਰਹੇ ਹਾਂ, ਅਸੀਂ ਇੱਥੋਂ ਦੀ ਜਿਹੜੀ ਪੋਲਰਾਈਜੇਸ਼ਨ ਹੈ ਉਸ ਨੂੰ ਕਿਉਂ ਵਿਚਾਰ ਰਹੇ ਹਾਂ, ਉਸ ਨੂੰ ਕਿਉਂ ਵਿਚਾਰ ਰਹੇ ਹਾਂ? ਮੈਨੂੰ ਸਮਝ ਨਹੀਂ ਆ ਰਹੀ। ਇਹ ਦੰਗਿਆਂ ਦੀ ਗੱਲ ਕਰ ਰਹੇ, ਗੁਜਰਾਤ ਦੀ ਗੱਲ ਕਰ ਰਹੇ। ਤੁਸੀਂ ਬਿਹਾਰ ਇਲੈਕਸ਼ਨ ਦੇਖੋ, ਜਿਹੜੇ ਬਿਹਾਰ ਇਲੈਕਸ਼ਨ, ਉਹਦੇ ਵਿੱਚ ਅਮਿਤ ਸ਼ਾਹ ਨੇ ਕਮੈਂਟ ਦਿੱਤਾ ਸੀਗਾ ਕਿ ਜਿਹੜੇ ਵੋਟ ਕਰਨਗੇ ਅਗੇਂਸਟ ਐਨਡੀਏ ਗਵਰਨਮੈਂਟ ਉਹ ਪਾਕਿਸਤਾਨੀ ਨੇ। ਸੋ ਹੀ ਇਮੀਡੀਏਟਲੀ ਕਨੈਕਟਡ ਇੰਡੀਅਨ ਮੁਸਲਿਮਸ ਟੂ ਪਾਕਿਸਤਾਨ। ਕਸ਼ਮੀਰੀ ਵਿੱਚ ਵੀ ਦੇਖੋ, ਕਸ਼ਮੀਰੀ ਮੁਸਲਮਾਨਾਂ ਨੂੰ ਸਿੱਧਾ ਪਾਕਿਸਤਾਨ ਨਾਲ ਜੋੜ ਦਿੰਦੇ। ਫਿਰ ਤਾਂ ਗੋਦਰਾ ਦੀ ਗੱਲ ਕਰਨਗੇ ਨਾ। ਹਾਂ, ਇਹ ਸਭ ਦੀ ਗੱਲ ਹੋ। ਨੋ, ਆਈ ਹੈਵ ਬੀਨ ਇਨ ਜੇਐਨਕੇ ਇਨ 55। ਦੁਕਾਨਦਾਰ ਆਪਣੀ ਦੁਕਾਨ ਤਬ ਨਹੀਂ ਖੋਲਤਾ ਥਾ ਕਿ ਇੰਡੀਆ ਸੇ ਆਇਆ ਹੈ, ਹਮ ਨਹੀਂ ਬੇਚਿੰਗ। 55 ਓਕੇ, ਮਾਈ ਫਾਦਰ ਪਾਰਟਿਸਿਪੇਟਡ ਇਨ ਦ ਨੈਸ਼ਨਲ ਕਾਨਫਰੰਸ ਫੋਰ ਦੀ ਟ੍ਰਾਈਬਲ ਇਨਵੇਡਰਸ ਡੋਨਟ ਹੈਵ ਟੂ ਹੈਵ ਅ ਸੱਚ ਅ ਡਮ ਵਿਊ ਆਫ ਦ ਇੰਟਾਇਰ ਪ੍ਰੋਸੀਡਿੰਗਸ। ਵਿਕਰਮਜੀਤ, ਮੈਂ ਥੋੜ੍ਹਾ ਜਿਹਾ ਹੋਰ ਅੱਗੇ ਜਾਣਾ ਚਾਹੁੰਦਾ। ਜੰਮੂ ਕਸ਼ਮੀਰ ਦੇ ਵਿੱਚ ਚੋਣਾਂ ਵੀ ਹੋਣੀਆਂ, ਇਹ ਸਾਰਾ ਜੋ ਕੁਛ ਹੋ ਰਿਹਾ ਉਸ 'ਤੇ ਕੋਈ ਅਸਰ ਹੋਊਗਾ? ਨਹੀਂ, ਦੇਖੋ, ਸਾਰਕ ਦਾ ਪਾਕਿਸਤਾਨ ਦੇ ਰਿਲੇਸ਼ਨ ਨਾਲ ਜੰਮੂ ਕਸ਼ਮੀਰ ਦੀ ਵਾਇਲੈਂਸ ਔਰ ਕੌਨਫਲਿਕਟ ਵਿੱਚ 'ਤੇ ਸਿੱਧਾ ਇਫੈਕਟ ਪੈਂਦਾ। ਪਏਗਾ, ਬਿਲਕੁਲ ਪੈਂਦਾ। ਵਨ ਆਫ ਦੀ ਫੈਕਟਰਸ ਜਿਹੜਾ ਆਪਾਂ ਟਾਕਸ ਨੂੰ ਪਹਿਲਾਂ ਅਗਰੀ ਕੀਤਾ ਸੀ ਮਿਨਿਸਟਰੀਅਲ ਲੈਵਲ, ਜਿਹੜੇ ਬਾਅਦ 'ਚ ਕੈਂਸਲ ਹੋ ਗਏ, ਵਾਜ਼ ਕਿ ਅਗਰ ਅਸੀਂ ਪਾਕਿਸਤਾਨ ਨਾਲ ਕੁਝ ਨੈਗੋਸੀਏਸ਼ਨ ਕਰਕੇ ਥੋੜ੍ਹਾ ਬਹੁਤ ਟੈਂਪਰੇਚਰਸ ਲੋਅਰ ਕਰ ਦੇਣਾ, ਜਿਸ ਤਰ੍ਹਾਂ ਸੀਜ਼ ਫਾਇਰ ਦੇ ਟੈਂਪਰੇਚਰਸ ਲੋਅਰ ਕਰਦੇ ਨੇ, ਅਸੀਂ ਕਸ਼ਮੀਰ, ਜੰਮੂ ਕਸ਼ਮੀਰ ਵਿੱਚ ਲੋਕਲ ਬਾਡੀਜ਼ ਇਲੈਕਸ਼ਨ ਔਰ ਪੰਚਾਇਤ ਇਲੈਕਸ਼ਨ ਨੂੰ ਵੀ ਕਰਵਾ ਲਾਂਗੇ, ਕਿਉਂਕਿ ਪਾਕਿਸਤਾਨ ਥੋੜ੍ਹਾ ਠੰਡਾ ਪੈ ਜਾਏਗਾ। ਉਹਨਾਂ ਦੀ ਪ੍ਰੋਕਸੀ ਵਾਰ ਜਿਹੜੀ ਉਹ ਬੈਟਲ ਕਰ ਰਹੇ ਨੇ ਉਹ ਥੋੜ੍ਹਾ ਐਸਕਲੇਸ਼ਨ ਲੈਵਲ ਹੇਠਾਂ ਆ ਜਾਏਗਾ, ਕਿਉਂਕਿ ਉਹ ਸਪੋਂਸਰਸ਼ਿਪ ਕੱਟ ਕਰ ਦੇਣਗੇ। ਇਹ ਇੱਕ ਐਕਸਪੈਕਟੇਸ਼ਨ ਸੀਗੀ ਬਿਹਾਈਂਡ ਦਾ ਟਾਕਸ, ਬਟ ਉਹ ਇਹਨਾਂ ਨੇ ਬਾਅਦ 'ਚ ਦੇਖਿਆ ਅਗਲੇ ਦਿਨ 3 ਪੁਲਿਸਮੈਨ ਮਾਰਤੇ ਕਿ ਇਹ ਤਾਂ ਹਟਣ ਨਹੀਂ ਵਾਲੇ। ਸੋ ਇਟ ਗੇਵ ਦੈਮ ਐਨ ਐਕਸਕਿਊਜ਼ ਟੂ ਬੈਕ ਆਊਟ ਆਫ ਦ ਟਾਕਸ, ਅਗਲੇ ਦਿਨ ਹੀ ਇਹਨਾਂ ਨੇ ਕੈਂਸਲ ਕਰਤੀਆਂ। ਸੋ ਇੰਡੋ, ਦੇਖੋ, ਕਸ਼ਮੀਰ ਦੀ ਚੀਫ ਮਿਨਿਸਟਰ ਮਹਿਬੂਬਾ ਮੁਫਤੀ ਨੇ ਬਾਰ ਬਾਰ ਸਟੇਟਮੈਂਟ ਕੀਤੀ ਹੈ ਜਦ ਉਹ ਕੋਲੀਸ਼ਨ ਗਵਰਨਮੈਂਟ ਵਿੱਚ ਸੀ ਬੀਜੇਪੀ ਨਾਲ, ਕਿ ਬੀਜੇਪੀ ਸ਼ੁੱਡ, ਐਨਡੀਏ ਗਵਰਨਮੈਂਟ ਸ਼ੁੱਡ ਸਪੀਕ ਟੂ ਪਾਕਿਸਤਾਨ। ਕਸ਼ਮੀਰ ਦਾ ਹੱਲ ਪਾਕਿਸਤਾਨ ਨਾਲ ਨੈਗੋਸੀਏਸ਼ਨ ਬਾਅਦ ਹੀ ਆਏਗਾ, ਇਸ ਤਰ੍ਹਾਂ ਕਸ਼ਮੀਰ ਦਾ ਹੱਲ ਨਹੀਂ ਆਏਗਾ। ਪਰ ਬੀਜੇਪੀ ਦੇ ਹੀ ਅਪਰੋਚ ਹੈ ਕਿ ਅਸੀਂ ਕਸ਼ਮੀਰ ਨੂੰ ਸੋਰਟ ਆਊਟ ਆਪ ਹੀ ਕਰਾਂਗੇ, ਪਾਕਿਸਤਾਨ ਇਜ਼ ਨੋ ਰੋਲ। ਠੀਕ ਹੈ, ਸੋ ਇਹ ਇਹਨਾਂ ਦੀ ਜੀਓਪੋਲੀਟਿਕਸ ਦੀ ਅੰਡਰਸਟੈਂਡਿੰਗ ਕੀ ਹੈ ਇਹ ਆਪ ਹੀ ਜਾਣਨ, ਮੈਨੂੰ ਤਾਂ ਇਹਨਾਂ ਦੀ ਜੀਓਪੋਲੀਟਿਕਲ ਅੰਡਰਸਟੈਂਡਿੰਗ ਸਮਝ ਨਹੀਂ ਆਉਂਦੀ। ਚਲੋ, ਛੋੜੇ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂ ਕਿ ਇਹ ਸਭ ਦੇ ਵਿਚਾਲੇ ਕਰਤਾਰਪੁਰ ਲਾਂਘੇ ਦਾ ਬਹੁਤ ਰੌਲਾ ਪਿਆ। ਕਰਤਾਰਪੁਰ ਲਾਂਘੇ 'ਤੇ ਖੂਬ ਸਿਆਸਤ ਹੋਈ, ਕਰਤਾਰਪੁਰ ਲਾਂਘੇ ਦਾ ਹੁਣ ਮੁੱਦਾ ਜਿਹੜਾ ਉਹ ਕਿੱਥੇ ਜਾ ਕੇ ਅਟਕ ਗਿਆ ਹੈਗਾ, ਇਹ ਸਭ ਦੇ ਵਿਚਾਲੇ ਉਸ ਦੀ ਗੱਲ ਨਹੀਂ ਹੋਈ ਇਸ ਚਰਚਾ ਦੇ ਵਿੱਚ। ਆਖਰੀ ਹਿੱਸੇ ਵਿੱਚ ਹੋਵਾਂਗੇ, ਉਸ ਦਾ ਵੀ ਜ਼ਿਕਰ ਕਰਨਾ ਬਣਦਾ, ਕਿਹੜਾ ਲਾਂਘਾ ਲੱਭਦੀ ਸੀ ਸਿਆਸਤ ਅਤੇ ਕਿਹੜੇ ਲਾਂਘੇ 'ਤੇ ਆ ਕੇ ਖੜ ਗਈ ਸਿਆਸਤ। ਬ੍ਰੇਕ ਤੋਂ ਵਾਪਸ ਆ ਰਹੇ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਸਾਰਕ ਵਿੱਚ ਕੁੜੱਤਨ ਦਾ ਹਾਸਲ ਕੀ ਹੈ, ਇਸ ਚਰਚਾ ਵਿੱਚ ਕੁੜੱਤਨ ਵੀ ਆ ਰਹੀ ਹੈ ਕਿ ਆਪਾਂ ਉਸ ਕੁੜੱਤਨ ਦੇ ਵਿੱਚ ਕੁਝ ਚੀਜ਼ਾਂ ਨਿਕਲ ਕੇ ਬਾਹਰ ਆ ਰਹੀਆਂ ਜਿਹੜੀਆਂ ਤੁਹਾਨੂੰ ਸਾਨੂੰ ਸਮਝ ਆਉਣੀਆਂ ਜ਼ਰੂਰੀ ਹੈਗੀਆਂ ਕਿ ਦੋਨਾਂ ਮੁਲਕਾਂ ਦੇ ਵਿਚਾਲੇ ਅਸਲ ਵਿੱਚ ਮਸਲਾ ਹੈ ਕੀ ਹੈ ਅਤੇ ਅਸੀਂ ਕਿੱਥੇ ਜਾ ਕੇ ਖੜ ਗਏ ਹਾਂ। ਸਵਾਲ ਅਸੀਂ ਕਿਉਂ ਪੁੱਛ ਰਹੇ ਹਾਂ? ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਸਾਰਕ 'ਚ ਭਾਰਤ ਪਾਕਿਸਤਾਨ ਵਿਚਾਲੇ ਕੁੜੱਤਨ ਵਾਲੀ ਸਿਆਸਤ ਦੇ ਕੀ ਨਿਮਾਏ ਨੇ। ਵਿਕਰਮ, ਜਦੋਂ ਮੈਂ ਇੱਕ ਸਵਾਲ ਕੀਤਾ ਸੀਗਾ, ਆਰਮੀ ਦਾ ਬਜਟ ਤਾਂ ਘਟਾਇਆ ਜਾ ਰਿਹਾ, ਇਹ ਆਰਮੀ ਦੇ ਜਵਾਨ ਕਹਿ ਰਹੇ ਆ, ਇੱਕੋ ਗੱਲ ਕਹਿ ਰਹੇ ਆ ਕਿ ਸਾਡੇ ਤੋਂ ਰੁਜ਼ਗਾਰ ਖੋਇਆ ਜਾ ਰਿਹਾ, ਇਹ ਕਹਿ ਰਹੇ ਆਰਮੀ ਦਾ ਮਨੋਬਲ ਵਧਾਇਆ ਜਾ ਰਿਹਾ, ਮੈਨੂੰ ਇਸਦਾ ਜਵਾਬ ਦੇ ਸਕਦੇ ਹੋ? ਇਹ ਦੇਖੋ, ਬੀਜੇਪੀ ਗਵਰਨਮੈਂਟ ਡਿਡ ਇੰਪਲੀਮੈਂਟ ਦੀ ORP, ਠੀਕ ਹੈ, ਫੁੱਲੀ ਇੰਪਲੀਮੈਂਟ ਨਹੀਂ ਕੀਤੀ ਉਹਨਾਂ ਨੇ ਆਉਂਦੇ ਸਾਰ, ਕਾਂਗਰਸ ਗਵਰਨਮੈਂਟ ਫੋਰ ਸੋ ਮੈਨੀ ਈਅਰਸ ਦੇ ਡਿਡ ਨੋਟ ਇੰਪਲੀਮੈਂਟ ਓ ਆਰ 1 ਰੈਂਕ 1 ਪੈਨਸ਼ਨ, ਔਰ 1973 ਵਿੱਚ ਇਹਨਾਂ ਨੇ, ਕਾਂਗਰਸ ਗਵਰਨਮੈਂਟ ਹੀ ਸੀ ਜਿਨ੍ਹਾਂ ਨੇ 1 ਰੈਂਕ 1 ਪੈਨਸ਼ਨ ਜੋ ਪ੍ਰਵੇਲਿੰਗ ਸੀ ਉਹਨੂੰ ਹਟਾਇਆ। ਸੋ ਬੀਜੇਪੀ ਗਵਰਨਮੈਂਟ ਹੈਜ਼ ਟੂ ਬੀ ਗਿਵਨ ਕ੍ਰੈਡਿਟ ਕਿ ਇਹਨਾਂ ਨੇ ਕੀਤਾ, ਬਟ ਉਹਦੇ ਬਾਅਦ ਇਹਨਾਂ ਨੇ ਕੀ ਕੀਤਾ? ਬਜਟ ਆਫ ਡਿਫੈਂਸ ਬਜਟ ਹੈਜ਼ ਫਾਲਨ ਟੂ 1 ਆਫ ਦ GDP, ਜਿੰਨਾ ਚਾਈਨੀਜ਼ ਵਾਰ ਦੇ 62 ਵਿੱਚ ਸੀ ਉਨਾ ਗਿਰਿਆ ਹੈਗਾ। ਠੀਕ ਹੈ, ਜਿਹੜੀ ਇਹ ਸਾਡੀ ਲਿਟੀਗੇਸ਼ਨ ਚੱਲ ਰਹੀ ਹੈ ਇਨ ਦ ਕੋਰਟਸ ਅਗੇਂਸਟ, ਸਾਡਾ ਸੋਲਜਰ ਨੂੰ ਕੋਈ ਡਿਸਬਿਲਿਟੀ ਪੈਨਸ਼ਨ ਚਾਹੀਦੀ ਹੈ, ਕੋਈ ਚਾਹੀਦੀ ਹੈ, ਗਵਰਨਮੈਂਟ ਹੈਜ਼ ਬੀਨ ਅਨਏਬਲ ਟੂ ਕੱਟ ਡਾਊਨ ਦ ਲਿਟੀਗੇਸ਼ਨ। ਹਰ ਚੀਜ਼ 'ਤੇ ਡਿਫੈਂਸ ਮਿਨਿਸਟਰੀ ਉਹ 'ਤੇ ਕਾਊਂਟਰ ਕੇਸ ਕਰ ਦਿੰਦੀ ਹੈ, ਸੁਪਰੀਮ ਕੋਰਟ ਤੱਕ ਵਿਚਾਰੇ ਫੌਜੀ ਨੂੰ ਲੜਨਾ ਪੈਂਦਾ। ਇਹ ਗਵਰਨਮੈਂਟ ਨੇ ਉਹਦਾ ਕੋਈ ਰਿਫੋਰਮ ਢੂੰਡਿਆ ਨਹੀਂ ਲੱਭਿਆ। ਸੋ ਸਰਜੀਕਲ ਸਟ੍ਰਾਈਕਸ ਨੂੰ ਇੰਨਾ ਚੱਕਣਾ ਔਰ ਬਣਾਉਣਾ, ਉਹ ਕੋਈ ਫੌਜ ਦਾ ਕੋਈ ਮਨੋਬਲ ਨਹੀਂ ਵਧਾਉਣ ਲੱਗਿਆ। ਫੌਜ ਵਿੱਚ ਕਾਫੀ ਗਰੰਬਲਿੰਗ ਹੈਗੀ ਹੈ, ਰਿਟਾਇਰਡ ਆਫਿਸਰਸ ਵਿੱਚ ਵੀ, ਸਰਵਿੰਗ ਆਫਿਸਰਸ ਵਿੱਚ ਵੀ, ਕਿ ਯਾਰ ਸਾਨੂੰ ਤਾਂ ਕ੍ਰੈਡਿਟ ਕੋਈ ਮਿਲਿਆ ਨਹੀਂ, ਇੱਕ ਸਰਜੀਕਲ ਸਟ੍ਰਾਈਕ ਨੂੰ ਤੁਸੀਂ ਇੰਨਾ ਵੱਡਾ ਬਣਾਤਾ। ਐਟ ਦ ਸੇਮ ਟਾਈਮ ਵੀ ਹੈਵ ਟੂ ਐਕਨੋਲੇਜ ਕਿ ਇਟ ਵਾਜ਼ ਅ ਵੈਰੀ ਗੁੱਡ ਟੈਕਟੀਕਲ ਓਪਰੇਸ਼ਨ ਐਟ ਦ ਟੈਕਟੀਕਲ ਲੈਵਲ। ਸੋ ਇਹ ਗੱਲ ਬੜੀ ਸਾਫ਼ ਹੈ। ਰਹਿ ਗਈ ਗੱਲ ਕਿ ਇਹਦੇ ਨਾਲ ਪੋਲੀਟਿਕਸ ਦਾ ਕੀ ਜੋੜ ਹੈ? ਪੋਲੀਟਿਕਸ ਦਾ ਇਹਦਾ ਸਿੱਧਾ ਜੋੜ ਹੈ, 2019 ਦੇ ਇਲੈਕਸ਼ਨ ਆ ਰਹੀਆਂ ਨੇ,
मोदी जी की एक बड़ी स्ट्रेट फॉरवर्ड पॉलिटिक्स होंगी है कि मैं किसी ना किसी तरह वड्डी गल्लां करके कि मैं ये स्ट्राइक करता पाकिस्तान को आ दिखाता मैं ये करता मैं वो करता उन्होंने पोलीटिकल माइलेज मिलने की कोशिश करी। तुझे याद होएगा कि आफ्टर कारगिल वॉर फिनिश्ड बीजेपी ने कारगिल वॉर नू पोलीटिकली एक्सप्लॉयट करने की कोशिश की थी इन इलेक्शंस। जनरल वी पी मलिक वॉज चीफ ऑफ आर्मी स्टाफ, उन्होंने डायरेक्टली वाजपेई साहब नू कहा कि तुसी कारगिल वॉर नू पोलिटिसाइज ना करो और वाजपेई की ग्रेस ऑफ स्टेट्समैनशिप सी कि उन्हों की गल चीफ ऑफ आर्मी स्टाफ की गल सुन के उन्होंने ऑर्डर दिया। हुण चीफ ऑफ आर्मी स्टाफ की गल मनी जा रही है, हुण आर्मी चीफ कहता ही नहीं है, कहता ही नहीं क्योंकि आर्मी चीफ इन्हां दा पपेट है। हरजीत भुल्लर साहब, बहुत वड्डा इल्जाम है तुहाडे ते, तुसी फौज की शहादत ते फौज के जवानों से उन्होंने सियासत करके मिशन 2019 का राह तैयार करते। 2019 वास्ते साडे कोल बहुत कुछ हैगा, अही स्किल डिवेलपमेंट दी है, स्वच्छ भारत का नारा दिता, जिहड़े चीज़ां जिहड़ियां बाहरों परचेज हुंदियां सी अज आर्मी के कोल जिहड़े टैंक जा रहे हैं ट्रक जा रहे हैं मिशन जा रहा है वह सारा का सारा जिहड़ा अज हिंदुस्तान च बन रहा है। नवे हथियार उन्होंने दिते है, अज सैचन जाके देखो राफल ते फसे होए हो, देखो सैचन जाके देखो तुसीं उत्थे उन्होंने प्रॉपर जिहड़े जुत्ते तक नहीं सी मिलदे अज उन्होंने कोल हर चीज़ की फैसिलिटी हैगी है। क्योंकि राहुल गांधी की यही आदत है झूठ बोलना, झूठ बोलना और जी बी एस एफ है और जी फौज है यह सारिया के काम जेड़े है बॉर्डर के उत्ते ही लड़ना है। बॉर्डर के उत्ते जेड़ा बंदा खड़ा है वह चाहे आर्मी का है अगर देखो सरकार अगर उन्होंने खाना मुहैया नहीं करा रही तो यह आर्मी वाले कह कि सानू नहीं सानू पूरा मिल रहा है दूजे नहीं मिल रहा दिस इज वेरी बैड बहुत चंगी तरह फौज नूं देखिया जवानां नूं देखिया सरहदां ते लड़दियां नूं देखिया शहादतां देखियां हुंदियां। मेरा सवाल हैगा कि फौज दे लई असल विच इह पोलिटिकल सिस्टम साडा काम करदा पिया कि नहीं करदा पिया। देखो जितना आप पोलिटिकली फौज को खदेड़ोगे उतना ही उसका सत्यानाश होगा, ठीक है। और मैं हैरान होता हूँ कि आप बीएसएफ सीआरपीएफ आईटीबीपी और फौज की तुलना बराबर की करते हो, तो जब जंग लगता है फौज को हटा देना बीएसएफ सीआरपीएफ को लड़ने दो, फिर इनके रोल अलग है। बॉर्डर मैनेजमेंट के लिए कहीं कहीं सीपीओस को डिप्लॉय किया हुआ है लेकिन जंग के लिए फौज है, इंटरनल डिस्टर्बेंसेज में भी फौज लगी हुई है। ओके सो ये हर जगह पे फौज काम आती है। अच्छा उस आपको योगा कराना है तो मैट लगा दो, पुल बनाने हैं तो फौज बुला लो, कचरा उठाना है कहीं से तो फौज को बुला लो। आपने क्या मतलब तमाशा ही बना रखा बिल्कुल हर तरीके से। और दोनों पार्टियां कांग्रेस और बीजेपी दोनों दोषी हैं बिल्कुल। विक्रमजीत ये सब दे चले मैं सारी गल की हैगी है, करतारपुर लंघ दा एक बहुत वड्डा मुद्दा है, इमरान खान के पाकिस्तान के प्रधानमंत्री बन तो बाद यह मुद्दा ज़्यादा वड्डा हो गया, वो अज कित्थे खड़ा अज ये मुद्दा इंडो पाक रिलेशन्स दे विच उहदी जिहड़ी खाई है एक जिहड़ी डीप वेल है इंडो पाक रिलेशन दे विच जिहड़ा दरम्यान है उहदे विच डिग के ऑलमोस्ट डेड हो गया, खत्म हो गया। क्योंकि ये पाकिस्तान ने मैं शुरू तो ही कहा कि करतारपुर साहब नूं एक जियोपोलिटिकल टूल यूज़ किया और इहदा प्रूफ बड़ा वधिया है। तुसीं इमरान खान की लैटर देखो जिहड़ी मोदी साहब नूं लिखी है उहदे विच इमरान खान पहला पॉइंट रेज करता है सार्क के बारे कि सार्क के कॉन्फ्रेंस बारे उहदे दो तीन पैराग्राफ हेठां आके इमरान गल करता है कि वी शुड ऑलसो डिस्कस रिलीजियस टूरिज्म। ऑन द अदर हैंड उहदा मंत्री कहिंदा वी आर रेडी फॉर करतारपुर साहब, इमरान ने क्यों नहीं ऑफर की स्टेट के करतारपुर साहब खोलन लगे, उन्होंने MEA नू क्यों नहीं चिट्ठी लिखी सीधी कि असी विदाउट कंडीशन करतारपुर साहब लांगा खोलन नू तैयार हैगे। इहदा इह मतलब सी कि पाकिस्तान ਉਹਨੂੰ ਇੱਕ ਟੂਲ ਯੂਜ਼ ਕਰ ਰਿਹਾ ਸੀ ਜਿਉਂ ਕਹਿਣ ਕਿ ਸਾਨੂੰ ਭਾਰਤ ਸਰਕਾਰ ਵੱਲੋਂ ਚਿੱਠੀ ਆਉਣੀ ਚਾਹੀਦੀ ਸੀ ਸਾਡੀ ਨਵੀਂ ਸਰਕਾਰ ਆਈ ਆਣੀ ਚਾਹੀਦੀ ਸੀ ਦੈਟ ਮੈਂ ਇੰਡੀਅਨ ਗਵਰਨਮੈਂਟ ਤੇ ਵੀ ਆ ਰਿਹਾ ਮੈਂ ਇਹ ਕਹਿ ਰਿਹਾ ਕਿ ਅਸੀਂ ਅਗਰ ਸੋਚੀਏ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਬੜਾ ਇਨੋਸੈਂਟਲੀ ਆਫਰ ਕਰ ਰਿਹਾ ਇਹ ਗਲਤ ਹੈ। ਪਾਕਿਸਤਾਨ ਇਜ਼ ਯੂਜ਼ਿੰਗ ਇਟ ਐਜ਼ ਅ ਜੀਓਪੋਲੀਟੀਕਲ ਟੂਲ। ਤੁਸੀਂ ਆਹ ਵੀ ਦੇਖੋ ਕਿ
6 फॉर जस्टिस दी खालिस्तान 2020 रेफरेंडम हो रहा है, वो कह रहे हैं कि अगले साल असी जाके पाकिस्तान में कैंपेन करांगे ड्यूरिंग द 550th सेलिब्रेशंस। उन्हां दा पहला प्रोग्राम सी नॉर्थ अमेरिका विच करांगे, पर हुण पाकिस्तान शिफ्ट करेंगे क्योंकि उन्होंने एक रिसेप्टिव कंट्री मिल रही है। ये भी सानू एक प्रॉब्लम है। हुण आईए आपां इंडियन गवर्नमेंट की साइड से। इंडियन गवर्नमेंट ने पूरी चुप शांति बिल्कुल क्वाइट रहने, चार साल ने मोदी साहब ने कभी करतारपुर साहब कोरीडोर रेज किया, उन्होंने पता सी 550 एनीवर्सरी आ रही है, इन्होंने कभी भी चिट्ठी लिखी है नहीं। जब पंजाब के लीडर्स ने रेज किए ने, सुषमा स्वराज जी चुप होकर बैठ गए, उत्थे ट्विटर ने बड़े वधिया ट्वीट करते रहने करतारपुर साहब तो चुप। एक बार मैनशन किया मिनिस्ट्री ऑफ फॉरन अफेयर के स्पोक्सपर्सन ने कि सुषमा जी जब पाकिस्तान के फॉरन मिनिस्टर मिलने न्यूयॉर्क में करतारपुर साहब रेज करेंगे और अगले दिन ही कैंसल करता। ये मेरा पक्का ये अंडरस्टैंडिंग है कि बीजेपी विच ऐसे शख्सा बैठे ने जो करतारपुर साहब कोरीडोर नहीं खोलन देनगियां और उन्होंने बड़ी पहले गल कही सी एंटी मुस्लिम। हाँ एंटी मुस्लिम ऑलसो दे डोंट वॉन्ट देर इज तुम ये कहना चाह रहे हो एंटी सिख। देर इज अ सैक्शन इन द बीजेपी एंड इन द कांग्रेस जिहड़ी कदी चाहती नहीं कि पंजाब का बॉर्डर जा कोई कनेक्टिविटी। मैं सवाल बड़ा सीधा कर रहा कि ये दोनों पार्टियां एंटी सिख है। आई एम नॉट सेइंग दोनों पार्टियां एंटी सिख ने, बिल्कुल नहीं। मैं कह रहा हूँ कुछ इन दोनों पार्टियां विच ऐसे फोर्सेस ने जा फैक्शंस ने बड़े इन्फ्लुएंशियल जो बड़े देर दा ए इन्हां दी एक रंजिश है। तुसी देखो प्रणब मुखर्जी 2008 विच गए सी करतारपुर साहब, ही वॉज मिनिस्टर ऑफ फॉरन अफेयर यूपीए गवर्नमेंट विच, उन्हूं करतारपुर साहब जाके दिखाया, उन्होंने कुछ नहीं किया। पिछले साल शशि थरूर कांग्रेस के MP मिनिस्टर भी रहे ने फॉरन अफेयर के, करतारपुर साहब गए, ही वॉज हैड ऑफ द पार्लियामेंट्री कमेटी ऑन फॉरन अफेयर, उन्होंने एक साफ जाके बयान दिता मैं करतारपुर साहब खोलने नहीं दूंगा क्योंकि हमारे जवानों की लाशें बॉर्डर पर गिरी हैं। आप ये देखो इन दोनों पार्टीज में ये कॉमन अंडरस्टैंडिंग है, ये करतारपुर साहब नू नहीं खोलन देंगे। हरजीवल साहब लास्ट मिनट फटाफट करतारपुर लांगे। देखो इस तरह है, मैं बिल्कुल सहमत नहीं हूं गल दे नाल। 300 साल मनाने वास्ते जो वाजपेयी साहब की सरकार सी सारा कुछ होया, और इस वरी जिहड़ा पटना साहब फंक्शन होया कि वह किसी होर ने आगे किया, असी इस चीज से बिल्कुल सहमत नहीं होंगे भी किसी के ही विरोधी हैं, चाहे मुस्लिम ने चाहे सिख ने चाहे कोई भी है। मसला पाकिस्तान से जुड़ा हुआ है, करतारपुर लांघे ते तुहाडे वल्लों कोई लैटर क्यों नहीं गई, पाकिस्तान दे विदेश मंत्री कोई बोलिया उस तो देखो यूपीए सरकार दे विच भी 2004 दे विच चिट्ठी पत्र चलिया नाल करतारपुर वास्ते और स्टिल ये चल रहा है, ये नहीं है कि बाहर करता। ये तो कह रहे मुद्दा खत्म हो गया। देखो वाजपेयी और मोदी गवर्नमेंट विच जमीन आसमान का फर्क है। वाजपेयी 1999 जाके आप उन्होंने रिक्वेस्ट की थी कि करतारपुर साहब खोलो, मोदी गवर्नमेंट ने चार साढ़े चार साल मैंने एक भी चिट्ठी लिख दो करतारपुर साहब के नाल लिखी। केवल तिंगड़ा साहब करतारपुर लांघे का जो मुद्दा वह नवजोत सिद्धू ने चुकया खत्म हो गया। खत्म इस तरह हो गया क्योंकि सरकार जी है उसके कोई गल नहीं करना चाहती। पर दूजी गल एक होर है जी, मैं तुम्हें पहला भी गल की हिंदू मुस्लिम वाली, जदों तो यह टैररिस्टा नू फॉरन च अंदर छड़ के आए पाकिस्तान दे विच, उस टाइम ते कुछ होर गल हुंदी है, जिहड़े मुद्दे दे उत्ते गल आंदी है उदों इह कुछ होर पासे आ जांदे ने। असल दे विच इह कोई भी अच्छे संबंध पाकिस्तान नाल नहीं चाहते, इसी करके ही तो मुस्लिम और हिंदू दी इंडिया दे विच भी ओही कुछ पाकिस्तान सरकार जो है उनको अपनी सर्वाइवल के लिए चाहे IAS है चाहे उनकी मिलिट्री है चाहे उनकी सूडो डेमोक्रेटिक इलेक्टेड गवर्नमेंट हो, जब तक वो कश्मीर और इंडिया के साथ विरोध नहीं करते रहेंगे उनका खुद का सर्वाइवल खतरे में है। दूसरी चीज, जितनी देर तक वो हमसे पंगा लेते रहेंगे उनकी इकोनॉमी और डामाडोल होगी। आर्मी चौंधी डायलॉग हो गए दोनों मुल्क में, हुए अमन चैन हो, कौन चाहता है कि अपने बंदे मरे। शंकर जैसे जो लीडर है वो ना जाके डायलॉग करे। एक सेकंड, जो जे दो पक्खा दी लड़ाई हुंदी है ना ओदा हल समझौता ही हुंदा है, कितने भी लड़ाई हो जाए 57 दी लड़ाई भी दो विक्रम जी डायलॉग मिसिंग है।
डायलॉग बिल्कुल मिसिंग है। और मैं तो यही कहना कि डायलॉग भी रखो और पाकिस्तान नू टीच देम अ लेसन। अमेरिका दे प्रेसिडेंट सी मिस्टर रूजवेल्ट, उन्होंने एक बड़ी सोहनी गल की थी, कहंदा कीप स्पीकिंग टू द अदर मैन बट कीप अ बिग स्टिक अंडर द टेबल। प्रॉब्लम ये है कि असी तो रुस गए पाकिस्तान आ, जिस तरह मीवा बीव नहीं रुस जाते, मैं तेरे से बात नहीं करूंगी, मैं तेरे से बात नहीं करूंगा। पर जो डंडा चाहिए ना टेबल के नीचे, जो मेज हेठा डंडा चाहिए है, उस टाइम दूजा बंदा बंदा बनता है और एक नेगोशिएशन करके पीस। मैंने एक गाना याद आ रहा है, असि दो में रोज से बैठे तो मनाओ कौन कौन मनाऊगा? अमरीका भी नहीं मना सकता, चाइना भी नहीं मना सकता। चलो बहुत धन्यवाद विक्रम जी, थोड़ा हरजीत भुल्लर, थोड़ा केवल तिंगरा, थोड़ा ब्रिगेडियर प्रदेश शर्मा साहब, थोड़ा जे रुसन नाल मसले हल होंगे तो फिर रुस के सारे एक दूजे नूं मना लैंदे। रुसियां मसले हल नहीं होने, गलबात करनी पैनी है। जे रुसन नाल मसले हल होंगे ਤਾਂ ਸ਼ਾਇਦ ਅਸੀਂ ਕਈ ਵਾਰ ਰੁੱਸ ਜਾਂਦੇ, ਪਰ ਇਹ ਰੁੱਸਣ ਦਾ ਮਤਲਬ ਇਹ ਨਹੀਂ ਗਾ ਕਿ ਗੱਲਬਾਤ ਟੁੱਟ ਚੁੱਕੀ ਹੈ। ਡਾਇਲੋਗ ਹੋਵੇਗਾ, ਕਦੇ ਨਾ ਕਦੇ ਤਾਂ ਹੋਵੇਗਾ, ਕਦੇ ਨਾ ਕਦੇ ਤਾਂ ਦੋਨਾਂ ਦੇਸ਼ਾਂ ਦੀ ਸਿਆਸਤ ਹੈ ਉਸ ਨੂੰ ਸੋਝੀ ਪਵੇਗੀ, ਕਿਉਂਕਿ ਦੋਨਾਂ ਦੇਸ਼ਾਂ ਦੀ ਆਵਾਮ ਚਾਹੁੰਦੀ ਹੈ ਕਿ ਗੱਲਬਾਤ ਹੋਵੇ। ਇਹ ਆਵਾਮ ਤੋਂ ਅੱਗੇ ਸਿਆਸਤ ਦਾ ਜਿਹੜਾ ਰਾਹ ਹੈਗਾ ਉਹ ਬੜਾ ਔਖਾ ਤੈਅ ਹੁੰਦਾ, ਕਿਉਂਕਿ ਉਹਦੇ ਵਿੱਚ ਵੋਟ ਪੋਲੀਟਿਕਸ ਵੀ ਜੁੜੀ ਹੋਈ ਹੈ, ਅਤੇ ਉਸ ਵੋਟ ਪੋਲੀਟਿਕਸ ਨੂੰ ਸਮਝਣ ਦੀ ਜ਼ਰੂਰਤ ਹੈਗੀ ਹੈ, ਕਿਉਂਕਿ ਉਹ ਗਣਿਤ ਜਿਹੜਾ ਹੈਗਾ ਉਹ ਹਰ ਇੱਕ ਨੂੰ ਸਮਝ ਨਹੀਂ ਆ ਸਕਦਾ। ਆਵਾਮ ਨੂੰ ਸਮਝ ਸਿਰਫ ਮੁਹੱਬਤ ਆਉਂਦੀ ਹੈ, ਅਤੇ ਆਵਾਮ ਮੁਹੱਬਤ ਚਾਹੁੰਦੀ ਹੈ। ਬਹੁਤ ਧੰਨਵਾਦ।